ਤੁਸੀਂ ਇਸ ਵੇਲੇ ਕੰਚੀ ਟੀਵੀ ਦੇ ਨਾਲ ਜੁੜੇ ਹੋ ਸਵਾਗਤ ਹੈ ਜੀ ਤੁਹਾਡਾ ਜੈ ਗੁਰਦੇਵ ਜੈਪੀ ਸਤਗੁਰੂ 10 ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬਿਲਕੁਲ ਨੇੜੇ ਆ ਚੁੱਕਾ ਹੈ ਸੰਗਤਾਂ ਦੇ ਵਿੱਚ ਬੜਾ ਚਾ ਉਤਸ਼ਾਹ ਤੇ ਜੋਸ਼ ਹੈ ਪਹਿਲੂ ਵੀ ਅਸੀਂ ਸਤਗੁਰੂ 10 ਮਹਾਰਾਜ ਜੀ ਤੇ ਹੋਰ ਰੈਵਰਾਂ ਦੇ ਗੁਰੂ ਸਹਿਬਾਨਾਂ ਦੇ ਜਨਮ ਦਿਨ ਮਨਾਏ ਨੇ ਬੜੇ ਚਾ ਤੇ ਉਤਸ਼ਾਹ ਦੇ ਨਾਲ ਪਰ ਇਸ ਜਨਮ ਦਿਨ ਤੇ ਗੁਰਪੁਰਬ ਤੋਂ ਪਹਿਲੂ ਇਹ ਚਰਚਾ ਕਰਨੀ ਅਸੀਂ ਜ਼ਰੂਰ ਸਮਝੀਏ ਕਿ ਗੁਰਪੁਰਬ ਕਿਸ ਤਰੀਕੇ ਨਾਲ ਮਨਾਇਆ ਜਾਵੇ ਔਰ ਕਿਹੜੀ ਕਸਮ ਕਿਹੜਾ ਪ੍ਰਣ ਕੀਤਾ ਜਾਵੇ ਕਿਹੜਾ ਸੰਕਲਪ ਲਿਆ ਜਾਵੇ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਬੇਗਮਪੁਰੇ ਦਾ ਸੰਕਲਪ ਪੂਰਾ ਹੋ ਸਕੇ ਉਹਨਾਂ ਦਾ ਬਰਾਬਰਤਾ ਵਾਲੇ ਰਾਜ ਵਾਲਾ ਸੰਕਲਪ ਪੂਰਾ ਹੋ ਚੁੱਕ ਸਕੇ ਤੇ ਸਮਾਜ ਮੱਖੀਆਂ ਦੀ ਤਰ੍ਹਾਂ ਇਕੱਠਾ ਹੋਵੇ ਜਿਵੇਂ ਸਤਗੁਰ ਰਵਦਾਸ ਮਹਾਰਾਜ ਜੀ ਨੇ ਚਾਇਆ ਸੀ ਤੇ ਚਰਚਾ ਕਰਨ ਦੇ ਵਾਸਤੇ ਸਮਾਜ ਦੀ ਅੱਜ ਜਿਸ ਸਮਾਜ ਦੀ ਚਿੰਤਾ ਕਿਸੇ ਨੇ ਕੀਤੀ ਸੀ ਸਤਗੁਰ ਰਵਦਾਸ ਮਹਾਰਾਜ ਜੀ ਨੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬेडकर ਜੀ ਨੇ ਹੋਰ ਰਹਿਬਰਾਂ ਨੇ ਉਹਦੀ ਅੱਜ ਦਿਸ਼ਾ ਕੀ ਹੈ ਤੇ ਦਸ਼ਾ ਕੀ ਹੈ ਉਹ ਦਿਸ਼ਾ ਗੁਰਪੁਰ ਮਨਾਉਣ ਵਾਲੀ ਵੀ ਹੋ ਸਕਦੀ ਹੈ ਉਹ ਰੋਜ਼ਮਰਾਂ ਦੀ ਜ਼ਿੰਦਗੀ ਵੀ ਹੋ ਸਕਦੀ ਹੈ ਰਾਜਨੀਤੀ ਵੀ ਹੋ ਸਕਦੀ ਆ ਸਾਡੇ ਜਿਹੜੇ ਸਾਡੀ ਧਾਰਮਿਕ ਵਿਵਸਥਾ ਵੀ ਹੋ ਸਕਦੀ ਹੈ ਤੇ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਵਾਸਤੇ ਅੱਜ ਬੀਗਮਪੁਰਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਨੇ ਸੰਤੋਖ ਸਿੰਘ ਜੱਸੀ ਚੱਕ ਲਾਲ ਤੋਂ ਜਿਹੜੇ ਕਈ ਵਾਰ ਸਰਪੰਚ ਵੀ ਬਣੇ ਨੇ ਆ ਉਹ ਆਪਾਂ ਸਵਾਗਤ ਕਰਦੇ ਆ ਜੀ ਸਵਾਗਤ ਹੈ ਜੀ ਅਜ ਕਾਂਸ਼ੀ ਟੀਵੀ ਦੀ ਸਕਰੀਨ ਤੇ ਤੁਹਾਡਾ ਧਨਵਾਦ ਜੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੈ ਗੁਰਦੇਵ ਜੀ ਹੋ ਸਭ ਠੀਕ ਹੋ ਜੀ ਸਭ ਸਭ ਬੜੇ ਰਜੀਵੇਂ ਰਹਿੰਦੇ ਨੇ ਤੁਹਾਡੇ ਵੀ ਤੇ ਤੁਹਾਡੇ ਅਸੀਂ ਇੱਕ ਵਾਰ ਫਿਰ ਧੰਨਵਾਦ ਦੀਆਂ ਕਿਉਂਕਿ ਤੁਸੀਂ ਆਪਣੀ ਰਜ਼ੀਮਿਆ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢਿਆ ਕਿਉਂਕਿ ਅਸੀਂ ਅਕਸਰ ਤੁਹਾਡੇ ਆਰਟੀਕਲ ਤੁਹਾਡਾ ਲਿਟਰੇਚਰ ਪੜਦੇ ਰਹੀਦਾ ਅਸੀਂ ਪਹਿਲਾਂ ਹਜੇ ਪੜ ਨਹੀਂ ਹੋਇਆ ਹੁੰਦਾ ਤੁਹਾਡਾ ਲਿਟਰੇਚਰ ਹੋਰ ਵੀ ਆ ਜਾਂਦਾ WhatsApp ਦੇ ਉੱਤੇ ਜਾਂ ਸੋਸ਼ਲ ਮੀਡੀਆ Facebook ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਇੰਨਾ ਤੁਸੀਂ ਮਿਹਨਤ ਕਰਦੇ ਹੋ ਸਲੂਟ ਹੈ ਤੁਹਾਨੂੰ ਇੱਕ ਵਾਰੀ ਫਿਰ ਜਿੰਨਾ ਤੁਸੀਂ ਇਸ ਸਮਾਜ ਦੇ ਵਾਸਤੇ ਚਿੰਤਤ ਤੋਂ ਧੰਨਵਾਦ। ਧੰਨਵਾਦ ਜੀ। ਪਾਂਚੀ ਟੀਵੀ ਦਾ ਤੇ ਕਾਂਚੀ ਟੀਵੀ ਦਾ ਦਰਸ਼ਕਾ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਮੌਕਾ ਦਿੱਤਾ ਤੇ ਗੁਰੂ ਦਾਸ ਮਹਾਰਾਜ ਦੀ ਬਾਣੀ ਤੇ ਉਹਨਾਂ ਦੀ ਜੀਵਨ ਪਰਸਪਤੀ ਦੇ ਮੌਕਾ ਦਿੱਤਾ ਧੰਨਵਾਦ। ਸਰਪੰਚ ਸਾਹਿਬ ਅੱਜ ਚਿੰਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰ ਬਾ ਰਹਾ। ਚਾਹ ਹੈ ਸੰਗਤ ਦੇ ਵਿੱਚ ਉਤਸ਼ਾਹ ਹੈ, ਜੋਸ਼ ਹੈ, ਤਿਆਰੀਆਂ ਹੋ ਰਹੀਆਂ ਨੇ ਸਾਰੇ ਪਾਸੇ। ਪਿਛਲੇ ਸਾਲ ਵੀ ਮਨਾਇਆ ਸੀ ਉਦੋਂ ਪਿਛਲੇ ਸਾਲ ਵੀ ਮਨਾਇਆ ਸੀ ਇਦਾਂ ਬੀਤਦੇ ਆ ਬੀਤਦੇ ਆ ਬੀਤਦੇ ਆ ਸੈਕੜੇ ਸਾਲ ਹੋ ਚੁੱਕੇ ਨੇ ਮਨਾਉਣਾ ਚਾਹੀਦਾ ਜੋਸ਼ ਦੇ ਨਾਲ ਮਨਾਉਣਾ ਚਾਹੀਦਾ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਗੱਲ ਚੰਗੀ ਐ ਪਰ ਉਹਨਾਂ ਦਾ ਬੇਗਮਪੁਰਾ ਨਹੀਂ ਹੱਲੇ ਵਸਿਆ ਉਹਨਾਂ ਦਾ ਸੰਕਲਪ ਨਹੀਂ ਪੂਰਾ ਹੁੰਦਾ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੂੰਗੀ ਜਿਵੇਂ ਅੱਜ ਆਪਾਂ ਚਰਚਾ ਕਰਨੀ ਐ ਸਮਾਜ ਦੀ ਦਸ਼ਾ ਕੀ ਹੈ ਤੇ ਦਿਸ਼ਾ ਕੀ ਹੈ ਦਿਸ਼ਾ ਕਿਹੜੀ ਚ ਜਾ ਰਿਹਾ ਸਮਾਜ ਕਿਹੜੀ ਚ ਜਾਣਾ ਚਾਹੀਦਾ ਸੀ ਜੇ ਦਿਨਾਂ ਸਮਾਜ ਜਿਹੜਾ ਆ ਉਹ ਅੱਜ ਬੇਗਮ ਇੱਥੇ ਸਮਾਜ ਦੇ ਵਿੱਚ ਬਰਾਬਰਤਾ ਆ ਸਕਦੀ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾ ਸਵਾਲ ਇਹ ਹੈ ਵੀ ਸਮਾਜ ਨੇ ਕਿੰਨੀ ਕੁ ਤਰੱਕੀ ਕੀਤੀ ਹੈ ਜੇ ਗੱਲ ਸਤਗੁਰ ਰਬਦਾਸ ਮਹਾਰਾਜ ਜੀ ਦੇ ਬੇਲੇ ਤੋਂ ਅੱਜ ਤੱਕ ਦਾ ਜੇ ਕਿਤੇ ਆਪਾਂ ਉਹਦਾ ਜੇ ਸਵਾਲ ਜਵਾਬ ਦੇ ਵਿੱਚ ਅਰ ਨਿਰਣਾ ਕਰਨਾ ਹੋਵੇ ਤਰੱਕੀ ਕਿੰਨੀ ਕੁ ਕੀਤੀ ਲੱਗਦੀ ਤੁਹਾਨੂੰ ਦੇਖੋ ਗੁਰੂ ਰਵਦਾਸ ਦੇ ਬੀਲੇ ਤੋਂ ਲੈ ਕੇ ਅੱਜ ਦੇ ਬੀਲੇ ਤੱਕ ਸਮਾਜ ਨੇ ਬਹੁਤ ਤਰੱਕੀ ਕੀਤੀ ਆ ਜੀ ਬਹੁਤ ਸਾਰੇ ਖੇਤਰਾਂ 'ਚ ਤਰੱਕੀ ਕੀਤੀ ਆ ਇਹ ਗੁਰੂ ਰਵਦਾਸ ਜੀ ਮਹਾਰਾਜ ਕਰਕੇ ਔਰ ਹੋਰ ਮਹਾਪੁਰਸ਼ਾ ਕਰਕੇ ਸਭ ਤੋਂ ਵੱਡੀ ਜੇ ਦੇਖੀ ਜਾਵੇ ਤਾਂ ਇਹ ਪ੍ਰਾਪਤੀ ਜਿਹੜੇ ਅੱਜ ਆਪਾਂ ਕਾਂਸੀ ਸਟੂਡੀਓਜ਼ ਤੇ ਕਾਂਸੀ ਟੀਵੀ ਨੂੰ ਚਲਾ ਰਹੇ ਆ ਜਾਂ ਦੇਖ ਰਹੇ ਆ ਇਹ ਇੱਕ ਉਹਨਾਂ ਦੇ ਰੈਵਰਾਂ ਦੀ ਪ੍ਰੋਗਰੈਸ ਆ ਪ੍ਰਾਪਤੀ ਆ ਔਰ ਇਹ ਜਿਹੜਾ ਹੈਗਾ ਆ ਵੱਡਾ ਦਿਸ਼ਾ ਵੱਲ ਉਹਨਾਂ ਵੱਲੋਂ ਅਸੀਂ ਵੱਧ ਰਹੇ ਆ ਹੂੰ ਇਸ ਕਰਕੇ ਇਹ ਬਹੁਤ ਵੱਡਾ ਫਰਕ ਪਿਆ ਆ ਤੇ ਹਰ ਖੇਤਰ ਚ ਪਿਆ ਆ ਕਿਉਂਕਿ ਉਸ ਵੇਲੇ ਜਦੋਂ ਸਾਨੂੰ ਪੜਨ ਦਾ ਹੱਕ ਨਹੀਂ ਸੀ ਲਿਖਣ ਦਾ ਹੱਕ ਨਹੀਂ ਸੀ ਬੋਲਣ ਦਾ ਹੱਕ ਨਹੀਂ ਸੀਗਾ ਤੇ ਸਾਡੇ ਹਰ ਜਾਤ ਪਾਤ ਉੱਚ ਨੀਚ ਧਰਮ ਕਾਣ ਮਤਲਬ ਕਿ ਸਾਡੇ ਤੇ ਹਰ ਤਰ੍ਹਾਂ ਦੀ ਪਾਬੰਦੀ ਲੱਗੀ ਹੋਈ ਸੀਗੀ ਔਰ ਸਾਰੇ ਜਿਹੜੇ ਹੱਕ ਸੀ ਉਹ ਕੁਝ ਵਰਗ ਤੱਕ ਹੀ ਸੀਮਿਤ ਸੀਗੇ ਔਰ ਬਾਕੀ ਸਾਡੇ ਜਿਹੜੇ ਸਾਰੇ ਹੱਕ ਸੀਗੇ ਸਾਡੇ ਮਨੁੱਖੀ ਹੱਕ ਸੀਗੇ ਉਹ ਸਾਰੇ ਮਾਰੇ ਗਏ ਸੀਗੇ ਸਭ ਤੋਂ ਖੋਏ ਗਏ ਸੀਗੇ ਲੇਕਿਨ ਅੱਜ ਅਸੀਂ ਉਹ ਹੱਕਾਂ ਉਹਨਾਂ ਰੈਵਰਾਂ ਦੇ ਕਾਰਨ ਸੰਘਰਸ਼ ਕਰਕੇ ਤੇ ਬਵਾ ਸਾਹਿਬ ਦੇ ਕਰਕੇ ਤੇ ਹੋਰ ਮਹਾਪੁਰਸ਼ਾਂ ਕਰਕੇ ਅੱਜ ਜਿਸੀਓ ਸੰਘਰਸ਼ ਜਿਹੜਾ ਆ ਉਹ ਅੱਜ ਮੰਜ਼ਲੇ ਮਕਸੂਦ ਜਿਹੜਾ ਹੈਗਾ ਆ ਉਹਨਾਂ ਦੇ ਕਰਕੇ ਅੱਜ ਅਸੀਂ ਇਸ ਜਿਹੜੇ ਸਟੂਡੀਓ 'ਚ ਬੈਠੇ ਆ ਤੇ ਇਹ ਅੱਗੇ ਨਾਲੋਂ ਬਹੁਤ ਫਰਕ ਪਿਆ ਆ ਤੇ ਇਹ ਜਿਹੜਾ ਸਾਰਾ ਦੁਨੀਆ ਵਿੱਚ ਦਿਸ ਗਿਆ ਆ ਬਿਲਕੁਲ ਜੀ ਜੇ ਇਹ ਗੱਲ ਉਸ ਵੇਲੇ ਦੀ ਕਰੀਏ ਤਾਂ ਉਸ ਵੇਲੇ ਜੋ ਇਤਿਹਾਸ ਦੱਸਦਾ ਇਤਿਹਾਸ ਦੇ ਜਦੋਂ ਪੰਨੇ ਫੋਲਦੇ ਆਂ ਤੇ ਇਸ ਤਰੀਕੇ ਦੇ ਨਾਲ ਬੋਲਣ ਦੇ ਅਧਿਕਾਰ ਹੀ ਹੈ ਨਹੀਂ ਸੀਗੇ ਬਿਲਕੁਲ ਸੁਣਨ ਦੇ ਅਧਿਕਾਰ ਹੀ ਹੈ ਨਹੀਂ ਸੀਗੇ ਤੇ ਇਤਿਹਾਸ ਦੇ ਵਿੱਚ ਜਦੋਂ ਦੇਖਦੇ ਆਂ ਵੀ ਕਿਹਾ ਜਾਂਦਾ ਕਿ ਚੰਗਾ ਜੇ ਧਾਰਮਿਕ ਸੁਣਨ ਵਾਲੇ ਦੇ ਕੰਨਾਂ ਦੇ ਵਿੱਚ ਸਿੱਕਾ ਟਕ ਢਾਲ ਕੇ ਪਾ ਦਿੱਤਾ ਜਾਂਦਾ ਸੀਗਾ ਤੇ ਅੱਜ ਤੁਸੀਂ ਕਾਂਛੀ ਟੀਵੀ ਦੀ ਸਕਰੀਨ ਤੇ ਬੋਲ ਰਹੇ ਹੋ ਸੁਣਨ ਵਾਲਿਆਂ ਦੇ ਕਿਸੇ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਨਹੀਂ ਪਾਇਆ ਜਾਣਾ। ਬਿਲਕੁਲ ਇਹ ਹੁਣ ਸੰਵਿਧਾਨ ਵਿੱਚ ਲਿਖਿਆ ਆ। ਸੰਵਿਧਾਨ ਸਾਨੂੰ ਇਸ ਚੀਜ਼ ਦੀ ਬਰਾਬਰ ਦਿੰਦੀ ਆ। ਇਜਾਜ਼ਤ ਦਿੰਦਾ। ਇਜਾਜ਼ਤ ਦਿੰਦਾ ਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਇਹ ਜੋ ਸਤਗੁਰ ਰਵਦਾਸ ਮਹਾਰਾਜੀ ਦਾ ਸੰਕਲਪ ਸੀ। ਕਾਫੀ ਹੱਦ ਤੱਕ ਅੱਜ ਸਮਾਜ ਦੇ ਵਿੱਚ ਤਰੱਕੀ ਹੋਈ ਐ। ਇਨਕਲਾਬ ਆਇਆ ਉਹਨਾਂ ਦੇ ਸੋਚ ਦੇ ਮੁਤਾਬਕ। ਉਹਨਾਂ ਨੇ ਜਿਹੜਾ ਹੌਸਲਾ ਦਿੱਤਾ ਸਮਾਜ ਨੂੰ ਜਦੋਂ ਅਸੀਂ ਗੁਰਪੁਰ ਮਨਾਉਂਦੇ ਆਂ ਜਦੋਂ ਅਸੀਂ satsang ਸੁਣਦੇ ਆ ਜਦੋਂ ਅਸੀਂ ਇਹ ਦੇਖਦੇ ਆ ਕਿ ਸਤਗੁਰ ਰਬਦਾਸ ਮਹਾਰਾਜ ਜੀ ਨੇ ਉਸ ਵੇਲੇ ਰਾਜਿਆਂ ਦੇ ਬਰਾਬਰ ਸਾਹਮਣੇ ਲਲਕਾਰ ਕੇ ਬਾਹ ਉੱਚੀ ਕਰਕੇ ਕਹਿ ਰਹੇ ਨੇ ਕਿ ਰਾਜਿਆ ਇਦਾਂ ਦਾ ਰਾਜ ਚਾਹਨਾ ਜਿੱਥੇ ਬਰਾਬਰਤਾ ਹੋਵੇ ਤੇ ਅੱਜ ਸਮਾਜ ਸੁਣ ਰਿਹਾ ਦੇਖ ਰਿਹਾ ਤੇ ਸਮਾਜ ਵੀ ਇਹੀ ਚਾਹੁੰਦਾ ਕਿ ਅਸੀਂ ਵੀ ਅੜ ਕੇ ਲੜ ਕੇ ਅਸੀਂ ਵੀ ਬਾਹ ਉਨਾਰ ਕੇ ਖੜੀਏ ਔਰ ਆਪਣੀ ਗੱਲ ਰੱਖਣ ਦੇ ਲਈ ਅੱਜ ਜਿੱਦ ਵੀ ਨੇ ਜਿੱਦ ਵੀ ਨੇ ਉਹ ਗੱਲ ਕਹਿ ਵੀ ਰਹੇ ਨੇ ਜਿਵੇਂ ਤੁਸੀਂ ਅੱਜ ਕਹਿ ਰਹੇ ਆ ਬਿਲਕੁਲ ਸਹੀ ਗੱਲ ਹੈ ਕੀ ਖੈਲ ਜੀ ਬਿਲਕੁਲ ਜੀ ਔਰ ਸਮਾਜ ਦੇ ਅੰਦਰ ਆਪਾਂ ਦੋਨੋਂ ਬੋਲ ਰਹੇ ਹਾਂ ਸਮਾਜ ਸੁਣ ਰਿਹਾ ਤੇ ਨਾ ਆਪਣੀ ਜੀਬ ਕੱਟ ਦਿੱਤੀ ਜਾਣੀ ਆ ਤੇ ਨਾ ਹੀ ਕਿਸੇ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਣਾ ਇਹ ਅੱਜ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸ ਵੇਲੇ ਦੇ ਸੰਕਲਪ ਉਸ ਵੇਲੇ ਦੀ ਕ੍ਰਾਂਤੀ ਦੀ ਬਦੌਲਤ ਹੀ ਅੱਜ ਸਮਾਜ ਦੇ ਵਿੱਚ ਇੰਨੀ ਤਰੱਕੀ ਆਈ ਹੈ ਨਹੀਂ ਤੇ ਆਪਣੇ ਸਮਾਜ ਦੇ ਵਿੱਚ ਖਾਸ ਕਰਕੇ ਜਿਹੜਾ ਪਿੱਛੇ ਰਹਿ ਚੁੱਕਾ ਬਹੁ ਗਣਤੀ ਜਿਹੜੀ ਸਮਾਜ ਸੀ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਉਹਨਾਂ ਕੋਲ ਕਿੱਥੇ ਅਧਿਕਾਰ ਸਕੇ ਜੀ ਕਿਥੇ ਉਹਨਾਂ ਦੇ ਕੋਲ ਇਦਾਂ ਦਾ ਜਿਹੜੇ ਹੱਕ ਹਕੂਕ ਸੀਗੇ ਕੀ ਕਹਿਣਾ ਚਾਹੋਗੇ ਆਰਥਿਕਤਾ ਦੇ ਵਿੱਚ ਕਿੰਨੀ ਤਰੱਕੀ ਆਈ ਆ ਸਮਾਜ ਦੇ ਅੰਦਰ ਦੇਖੋ ਪਹਿਲਾਂ ਨਾਲੋਂ ਤਰੱਕੀ ਤਾਂ ਬਹੁਤ ਆਈ ਆ ਜੀ ਇਹ ਚ ਕੋਈ ਦੋਰਾ ਮੰਨੀ ਤਰੱਕੀ ਬਹੁਤ ਆਈ ਆ ਅੱਜ ਵੀ ਅਸੀਂ ਪੰਜਾਬ ਨੇ ਬਲਕੇ ਦੁਨੀਆ 'ਚ ਸਾਡਾ ਜਿਹੜਾ ਹੈਗਾ ਆ ਉਹ ਤਰੱਕੀ ਕੀਤੀ ਆ ਸਾਡੀ ਖੁਸ਼ਹਾਲੀ ਆਈ ਆ ਜਿਨ੍ਹਾਂ ਦੇ ਕਦੇ ਅਸੀਂ ਇੱਕ ਕੁਲੀਆਂ ਹੁੰਦੀਆਂ ਸੀ ਅੱਜ ਕੁਲੀਆਂ ਤੋਂ ਮੈਹਲਾ ਤੱਕ ਜਾ ਰਹੇ ਹਾਂ ਮੈਹਲਾ ਤੋਂ ਗਾਂ ਅਸੀਂ business ਸਥਾਪਿਤ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੂੰ ਦੇਸ਼ਾਂ ਤੋਂ ਰੋਕਿਆ ਗਿਆ ਸੀਗਾ ਵੀ ਉਹਨਾਂ ਦੇਸ਼ਾਂ ਵਿੱਚ ਜਾ ਕੇ ਅਸੀਂ ਪਵਿੱਤਰ ਹੋ ਜਵਾਂਗੇ ਸਾਡਾ ਜਿਹੜਾ ਹੈਗਾ ਸੀ ਉਹ ਘਟਿਆ ਪਣ ਦੱਸਿਆ ਜਾਊਗਾ ਲੇਕਿਨ ਅਸੀਂ ਉਹਨਾਂ ਦੇਸ਼ਾਂ ਜਾ ਕੇ ਸਥਾਪਿਤ ਹੋਏ ਹਾਂ ਆਰਥਿਕ ਪੱਖੋਂ ਤਰੱਕੀ ਬਹੁਤ ਹੋਈ ਆ ਪਰ ਜਿੰਨੀ ਬਾਕੀ ਸਮਾਜ ਦੀ ਹੋਈ ਆ ਉਹਦੇ ਮੁਤਾਬਕ ਅਸੀਂ ਬਹੁਤ ਜਿੱਦਾਂ ਕਦੇ ਅਜੇ ਪੂਣੀ ਘੱਤੀ ਆ ਬਿਲਕੁਲ ਜੀ ਜਿੱਦਾਂ ਤੁਸੀਂ ਕਿਹਾ ਕਿ ਸਮਾਜ ਨੇ ਬੜੀ ਤਰੱਕੀ ਕੀਤੀ ਹੈ ਕਿਸੇ ਬਿੱਲੇ ਦੇਖੋ ਕੱਚੇ ਘਰ ਹੁੰਦੇ ਸੀ ਇਆਂ ਕੋ ਕੱਚੇ ਵੀ ਨਹੀਂ ਹੁੰਦੇ ਸੀਗੇ ਬਿਲਕੁਲ ਬਿਲਕੁਲ ਹਨਾ ਉੱਥੋਂ ਲੈ ਕੇ ਅੱਜ ਮੈਦਾਨ ਤੱਕ ਆ ਗਏ ਕਦੇ ਪੈਦਲ ਇਸ ਕਰਕੇ ਜੁੱਤੀ ਸੋਟੀ ਨਾਲ ਟੰਗ ਲਈ ਜਾਂਦੀ ਸੀ ਜਾਂ ਝੋਲਜਾ ਪਾ ਲਈ ਜਾਂਦੀ ਕਿਤੇ ਜੁੱਤੀ ਘਸ ਨਾ ਜਾਵੇ ਤੇ ਉਹ ਸਮਾਜ ਦੇ ਵਿੱਚ ਉੱਠ ਕੇ ਅੱਜ ਗੱਡੀਆਂ ਮੋਟਰਾਂ ਤੇ ਘੁੰਮਦੇ ਮਹਿੰਗੀਆਂ ਕਾਰਾਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਸਫ਼ਰ ਕੀਤਾ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਵੀ ਕਾਫੀ ਤਰੱਕੀ ਆਈ ਆ ਬਿਲਕੁਲ ਬਿਲਕੁਲ ਔਰ ਵਿਦੇਸ਼ਾਂ ਦੇ ਵਿੱਚ ਵੀ ਰਾਜ ਭਾਗ ਦੇ ਵਿੱਚ ਹਿੱਸੇਦਾਰੀ ਲਈ ਜਾ ਰਹੀ ਆ ਵਿਦੇਸ਼ਾਂ ਦੇ ਵਿੱਚ ਆਪਣੇ ਕਾਰੋਬਾਰ ਸਥਾਪਿਤ ਕੀਤੇ ਜਾ ਰਹੇ ਨੇ ਬੈਲ ਸੈੱਟ ਹੋ ਰਹੇ ਨੇ ਉੱਥੇ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਉੱਥੇ ਆਪਣੀਆਂ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ ਖਾਸ ਕਰਕੇ ਆਪਣੇ ਸਮਾਜ ਦੇ ਵਿੱਚੋਂ ਤੇ ਆਰਥਿਕ ਤੌਰ ਤੇ ਵੀ ਅੱਜ ਜਿਆ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਅੱਜ ਤਰੱਕੀ ਹੋਈ ਹੈ ਤੇ ਰਾਜ ਭਾਗ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਰਾਜ ਭਾਗ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਕਿ ਸਮਾਜ ਦੀ ਅੱਜ ਦੀ ਦਸ਼ਾ ਕੀ ਹੈਗੀ ਆ ਰਾਜ ਭਾਗ ਦੀ ਗੱਲ ਏ ਆਵੇ 바ਵਾ ਜਿਹੜਾ ਗੁਰੂ ਰਬਦਾਸ ਨੇ ਸੁਪਨਾ ਲਿਆ ਸੀ ਵੇ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਵਾਂ ਛੋਟ ਵੱਡੇ ਸਭ ਸੰਭਸੇ ਰਬੀਦਾਸ ਰਹੇ ਪਰਸਨ ਜੀ ਬੇਗਮਪੁਰਾ ਸ਼ਹਿਰ ਕੋ ਨਾ ਹੋ ਤੋ ਜੜੀਆਂ ਗੱਲਾਂ ਸਿਆਂ ਜਾਂ ਉਹਨਾਂ ਨੇ ਜਿਹੜਾ ਸੰਕਲਪ ਲਿਆ ਸੀ ਉਹ ਅਜੇ ਜੇ ਸੱਚਮੁੱਚ ਦੇਖਿਆ ਜਾਵੇ ਤਾਂ ਉਹ ਅਜੇ ਅਧੂਰਾ ਆ ਅਸੀਂ ਉਸ ਮੰਜ਼ਲ ਤੱਕ ਨਹੀਂ ਪਹੁੰਚ ਸਕੇ ਕਾਰਨ ਕਿਆ ਕਿ ਸਾਡੇ ਗੁਰੂ ਰਬੀਦਾਸ ਇੱਕ ਵਾ ਲੇਕਿਨ ਸਾਡੇ ਬਖਰੇਵੇਂ ਆ ਬਖਰੀਆਂ ਮਿਆਂ ਹੋਣ ਕਾਰਨ ਕਰਕੇ ਅਸੀਂ ਉਸ ਜਿਹੜਾ ਹੈਗਾ ਸਥਿਤੀ ਜਿਹੜਾ ਰਾਜ ਭਗ ਦੀ ਦਿਸ਼ਾ ਤੋਂ ਅਜੇ ਕਾਫੀ ਦੂਰ ਹੋ ਪਰ ਇਹ ਵੀ ਅੱਜ ਜੇ ਦੇਖਿਆ ਜਾਵੇ ਸਰਪੰਚ ਸਾਹਿਬ ਉਸ ਵੇਲੇ ਤੋਂ ਲੈ ਕੇ ਜਾਂ ਵਿਚਕਾਰ ਜਿਹੇ ਵਾਲੇ ਵੇਲੇ ਤੋਂ ਲੈ ਕੇ ਵੀ ਜੇ ਅੱਜ ਤੱਕ ਤਾਂ ਦਿੱਖੀ ਤੇ ਪਹਿਲਾਂ ਨਾਲ ਤਾਂ ਬੜੀ ਤਰੱਕੀ ਹੋਈ ਆ ਹਾਂ ਤਰੱਕੀ ਬਹੁਤ ਹੋਈ ਆ ਕਿਸੇ ਵੀ ਨੇ ਆਪਣੇ ਸਮਾਜ ਨੂੰ ਪੰਜ ਸਰਪੰਚ ਬਣਨ ਦੇ ਅਧਿਕਾਰ ਨਹੀਂ ਸੀ ਲੰਬੜ ਬਣਨ ਦੇ ਅੱਜ ਤਾਂ ਦੇਖੋ ਵੀ ਐਮਐਲਏ ਐਮਪੀ ਮੁੱਖ ਮੰਤਰੀ ਤੱਕ ਵੀ ਅੱਜ ਰਾਸ਼ਟਰਪਤੀ ਵੀ ਐਸਸੀ ਭਾਈਚਾਰੇ ਦੇ ਵਿੱਚੋਂ ਆਪਣੇ ਸਮਾਜ ਦੇ ਵਿੱਚੋਂ ਅੱਜ ਬਣ ਕੇ ਬੈਠੇ ਨੇ ਵੱਡੀ ਤਰੱਕੀ ਹੋਈ ਹੈ ਜੇ ਪੰਜਾਬ ਦੇ ਵਿੱਚ ਵੀ ਦੇਖੀਏ ਬਹੁਤੇ ਵਿਧਾਇਕ ਐਮਪੀ ਉਹ ਆਪਣੇ ਸਮਾਜ ਦੇ ਵਿੱਚੋਂ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਮਤਲਬ ਜਿਹੜੇ ਲਿਖਤੀ ਅੱਜ ਸੰਵਿਧਾਨਕ ਹੱਕ ਹਕੂਕ ਦਾ ਨਿਗਮ ਮੰਨਦੇ ਹੋਏ ਉਹ ਐਮਐਲਐਮਪੀ ਬਣਦੇ ਨੇ ਬਿਲਕੁਲ ਅੱਜ ਰਾਜਪਾਗ ਦੇ ਵਿੱਚ ਜਿਹੜਾ ਸਤਗੁਰਪਤਸ ਮਹਾਰਾਜੀ ਦਾ ਸ਼ਲੋਕ ਤੁਸੀਂ ਬੋਲਿਆ ਹੈਗਾ ਐਸਾ ਚਾਹੂੰ ਰਾਜ ਮੈਂ ਜਿੱਥਾ ਮਿਲੇ ਸਭਨ ਕੋ ਅਨਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਅੱਜ ਉਹਨਾਂ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਅੱਜ ਰਾਜ ਭਾਗ ਦੇ ਵਿੱਚ ਵੀ ਕਾਫੀ ਹੱਦ ਤੱਕ ਅੱਛੇ ਮੌਕਿਆਂ ਤੇ ਸਮਾਜ ਦੇ ਵਿੱਚੋਂ ਲੋਕ ਗਏ ਨੇ ਬਿਲਕੁਲ ਸਰਪੰਚ ਸਾਹਿਬ ਕਿਸੇ ਵੀ ਲਈ ਇਤਿਹਾਸ ਗਵਾਹ ਹੈ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਗਵਾਹੀ ਅਦਾਲਤ ਦੇ ਵਿੱਚ ਦੇਣ ਦੇ ਅਧਿਕਾਰ ਨਹੀਂ ਸੀਗੇ ਦੇਖੋ ਬਿਲਕੁਲ ਹਾਂ ਬਿਲਕੁਲ ਬਿਲਕੁਲ ਤੇ ਅੱਜ ਉਸੇ ਹੀ ਅਦਾਲਤ ਦੇ ਵਿੱਚ ਸਾਡੇ ਸਮਾਜ ਦੇ ਵਿੱਚੋਂ ਜੱਜ ਬਣ ਕੇ ਬੈਠੇ ਨੇ ਬਿਲਕੁਲ 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 ਵਕੀਲ ਵਕੀਲ ਉੱਥੇ ਜਾ ਕੇ ਆਪਣੀ ਆਪਣੀ ਜਿਹੜੀ ਜ਼ਰਾ ਕਰਦੇ ਨੇ ਬਿਲਕੁਲ ਇਹ ਇੱਕ ਇਨਕਲਾਬ ਹੋਇਆ ਹੈ ਇੱਕ ਇਹ ਇਨਕਲਾਬ ਹੋਇਆ ਔਰ ਇਨਕਲਾਬ ਵੱਲੋਂ ਅਸੀਂ ਵੱਧ ਰਹੇ ਹਾਂ ਇਨਕਲਾਬ ਵੱਲੋਂ ਵੱਧ ਰਹੇ ਸਾਡੀ ਜਿਹੜੀ ਅੱਜ ਅੱਜ ਦੀ ਜਿਹੜੀ ਦਸ਼ਾ ਹੈਗੀ ਆ ਉਹ ਇਹ ਹੈ ਵੀ ਅੱਜ ਦੇ ਹਾਲਾਤਾਂ ਦੇ ਵਿੱਚ ਸਮਾਜ ਨੇ ਬਹੁਤੀ ਤਰੱਕੀ ਕੀਤੀ ਹੈ ਬਿਲਕੁਲ ਉਨੇ ਪ੍ਰਸ਼ਾਸਨ ਦੇ ਵਿੱਚ ਵੀ ਤਰੱਕੀ ਕੀਤੀ ਹੈ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆਪਣੇ ਭਾਈਚਾਰੇ ਦੇ ਲੋਕ ਬੈਠੇ ਨੇ ਉਹ ਚਾਹੇ ਪੁਲਿਸ ਹੋਵੇ ਫੌਜ ਹੋਵੇ ਜਾਂ ਸਿਵਲ ਦੇ ਵਿੱਚ ਵੀ ਹੋਵੇ ਤਾਂ ਹਰ ਅਹੁਦੇ ਦੇ ਉੱਤੇ ਕਿਹੜਾ ਉਹ ਕਿਹੜੀ ਕੁਰਸੀ ਆ ਜਿੱਥੇ ਸਾਡੇ ਸਮਾਜ ਦੇ ਲੋਕ ਨਹੀਂ ਬੈਠੇ ਹੂੰ ਬਿਲਕੁਲ ਸਹੀ ਇਹ ਸਤਗੁਰਪ੍ਰਬਦਸ ਮਹਾਰਾਜ ਜੀ ਦੀ ਕਿਰਪਾ صدਕਾ ਇਹ ਸਾਰਾ ਕੁਝ ਹੋਇਆ ਸਰਪੰਚ ਸਾਹਿਬ ਬਿਲਕੁਲ ਜੀ ਹੈਨਾ ਕੀ ਕਹਿਣਾ ਚਾਹੂੰਗੀ ਜਿਵੇਂ ਅੱਜ ਅਸੀਂ ਸਤਗੁਰਪ੍ਰਬਦਸ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਨੇ ਸਾਰੇ ਪਾਸੇ ਗੁਰੂ ਘਰਾਂ ਨੂੰ ਰੰਗ ਰੋਗਨ ਕਲੀਆਂ ਉਹ ਸਾਰਾ ਕੁਝ ਕੀਤਾ ਜਾ ਰਿਹਾ ਸਾਫ ਸਫਾਈ ਕੀਤੀ ਜਾ ਰਹੀ ਆ ਫਲਿਕਸਾਂ ਲੱਗਦੀਆਂ ਦੇਨ ਬੰਨੇ ਜਾ ਰਹੇ ਨੇ ਨਗਰ ਕੀਰਤਨ ਤੇ ਗੁਰਪੁਰਬ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੀ ਸੰਕਲਪ ਲੈਣ ਦੀ ਲੋੜ ਹੈ ਅੱਜ ਕਿ ਜਿਹੜਾ ਰਹਿੰਦਾ ਸੁਪਨਾ ਜਿਹੜਾ ਸੰਕਲਪ ਹਜੇ ਅਧੂਰਾ ਹੈ ਉਹ ਪੂਰਾ ਹੋ ਸਕੇ ਦੇਖੋ ਖੁਸ਼ੀ ਤੇ ਚਾਹ ਜਿਹੜਾ ਹੈਗਾ ਹੈ ਗੁਰੂ ਗੋਬਿੰਦ ਸਿੰਘ ਜੀ ਆ ਦਾਇਰ ਕੀ 5 ਫਰਵਰੀ ਨੂੰ ਆ ਰਿਹਾ ਜੰਦੇੜਾ ਉਹਦੇ ਵਾਸਤੇ ਸਾਰਾ ਸਮਾਜ ਜਿਹੜਾ ਹੈਗਾ ਇਸ ਕੋਈ ਖੁਸ਼ੀ ਨੂੰ ਮਨਾਉਣ ਲਈ ਲੱਗਾ ਆ ਕਲਾਕਾਰ ਭਰਾ ਆਪਣੇ ਲੱਗੇ ਗੀਤਕਾਰ ਆਪਣੇ ਲੱਗੇ ਆ ਸਾਰਾ ਕੁਝ ਜਿਹੜਾ ਹੈ ਉਹਦੀਆਂ ਤਿਆਰੀਆਂ ਜੰਗੀ ਪੱਧਰ ਤੇ ਹੋ ਰਹੀਆਂ ਆ ਤੇ ਆਪਾਂ ਨੂੰ 6 ਸਦੀਆਂ ਹੋ ਚੁੱਕੀਆਂ ਆ ਜਨਮ ਦਿਨ ਮਨਾਉਂਦਿਆਂ ਨੂੰ ਤੇ ਲਗਭਗ 50 ਸਾਲ ਤੋਂ ਤਾਂ ਬਹੁਤ ਵੱਡੇ ਲੈਵਲ ਤੇ ਸਮਾਜ ਨੇ ਜਿਹੜੀ ਆ ਉਹ ਜਨਮ ਦਿਨ ਮਨਾਉਣੇ ਜਿਹੜੇ ਆ ਉਹ ਹਰ ਪਿੰਡ ਦੇ ਵਿੱਚ ਲਗਭਗ ਮਨਾਏ ਜਾਂਦੇ ਆ ਇਹ ਬੜੀ ਖੁਸ਼ੀ ਦੀ ਗੱਲ ਵਾ ਔਰ ਪਿੰਡ ਤੋਂ ਇਲਾਵਾ ਭਾਰਤ ਵਿੱਚ ਔਰ ਦੇਸ਼ ਵਿਦੇਸ਼ ਵਿੱਚ ਜਨਮ ਦਿਨ ਮਨਾਇਆ ਜਾਂਦਾ ਲੇਕਿਨ ਗੱਲ ਸਭ ਜਨਮ ਦਿਨ ਮਨਾਉਣ ਦੀ ਦਿਨ ਵਾਲੇ ਦਿਨ ਖੁਸ਼ੀ ਨਹੀਂ ਜਾਂ ਕੁਝ ਦਿਨਾਂ ਵਿੱਚ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਉਹ ਜਿਹੜੀ ਖੁਸ਼ੀ ਆ ਉਹ ਖੁਸ਼ੀ ਸਾਰਾ ਸੰਸਾਰ ਜਿਹੜੀ ਰਣੀ ਚਾਹੀਦੀ ਆ ਉਸ ਖੁਸ਼ਹਾਲੀ ਵਾਸਤੇ ਉਸ ਵਾਸਤੇ ਸਾਨੂੰ ਮਿਹਨਤੀ ਲੋੜ ਵਾ ਉਹ ਵੱਡੀ ਜਿਹੜੀ ਪ੍ਰੋਬਲਮ ਆ ਜਿੱਥੇ ਸਮੱਸਿਆ ਜਿਹਦੇ ਕਰਕੇ ਆ ਉਹ ਹੈਗੀ ਆ ਆਪਸੀ ਏਕਤਾ ਹੂੰ ਅੱਜ ਤੱਕ ਹੋਇਆ ਕੀ ਆ ਕਿ ਜਨਮ ਦੇਨ ਮੇਲੇ ਅਸੀਂ ਧੜੇ ਬੰਦਿਆਂ ਨੂੰ ਅਸੀਂ ਆਪਣੇ ਆਪ ਨੂੰ ਉੱਚਾ ਕਰਨ ਲੱਗੇ ਹਾਂ ਜਦ ਕਿ ਉਹਨਾਂ ਦੀ ਵਿਚਾਰਤਾਰਾ ਅਗੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਸੀ ਜਿਹਦੇ ਕਰਕੇ ਇਹਦੇ ਕਾਰਨ ਕਰਕੇ ਸਮੱਸਿਆ ਆਈ ਹੋਈ ਆ ਕਿ ਸਾਨੂੰ ਆਪ ਸਮਰਪਣ ਭਾਵਨਾ ਹੋਣਾ ਚਾਹੀਦਾ ਆਪਣਾ ਵਿਅਕਤੀਗਤ ਨੂੰ ਥੱਲੇ ਕਰਕੇ ਉਹਨਾਂ ਦਾ ਵਿਅਕਤੀਗਤ ਦਾ ਉਹਨਾਂ ਦੀਆਂ ਜਿਹੜੀਆਂ ਸਖਿਆਵਾਂ ਦਿੱਤੀਆਂ ਸੀ ਉਹਨਾਂ ਦੀ ਏਕਤਾ ਦਾ ਮਧੂਮੱਖੀਆਂ ਵਾਲਾ ਜਿਹੜਾ ਉਸ ਨੇ ਸੰਦੇਸ਼ ਦਿੱਤਾ ਸੀ ਉਹ ਇਕੱਠੇ ਹੋਣ ਦੀ ਲੋੜ ਆ ਦੁਖਾਂ ਦੇ ਇਸ ਗੱਲ ਆ ਕਿ ਜੀ ਦੋ ਬੰਦੇ ਇਕੱਠੇ ਹੋਣੇ ਆਪਣੀ ਸੰਸਥਾ ਬਣਾ ਲੈਣੇ ਆ ਤੇ ਮਧੂ ਮੱਖੀਆਂ ਵਾਲੀ ਆਧਾਰਨ ਦੇਣ ਲੱਪਣੇ ਆ ਯਾਨਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਰਵਿਦਾਸ ਮਹਾਰਾ ਜੀ ਦਾ ਪੜਾ ਦੁਨੀਆ ਦਾ ਮਹਾਨ ਫਲਸਫਾ ਦਿੱਤਾ ਸੀ ਬੇ ਸਾਰਾ ਸਮਾਜ ਇਕੱਠਾ ਹੋਵੇ ਔਰ ਦਿਲੋਂ ਇਕੱਠਾ ਹੋਵੇ ਧੜੇ ਬੰਦੀ ਨੂੰ ਛੱਡੋ ਏਕਤਾ ਬਣਾ ਕੇ ਰੱਖੋ ਜੇ ਏਕਤਾ ਬਣਾ ਕੇ ਰੱਖੂਗੇ ਫਿਰ ਤੁਹਾਡਾ ਰਾਹ ਆ ਫਿਰ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਪੰਚ ਵੀ ਬਣੂਗਾ ਤੁਹਾਡਾ ਸਰਪੰਚ ਵੀ ਬਣੂਗਾ ਤੁਹਾਡਾ ਐਮਐਲਏ ਬਣੂਗਾ ਤੁਹਾਡਾ ਮੁੱਖ ਮੰਤਰੀ ਬਣੂਗਾ ਤੁਹਾਡਾ ਪ੍ਰਧਾਨ ਮੰਤਰੀ ਬਣੂਗਾ ਮੰਗਾ ਜੇ ਰਾਜ ਤੋਂ ਬਿਨਾ ਬਿੰਗਪੁਰਾ ਨਹੀਂ ਬਸਣਾ ਇਸ ਕਰਕੇ ਸਾਨੂੰ ਅੰਦਰੂਨੀ ਆਪਣੀਆਂ ਵਿਰੋਧਤਾਈਆਂ ਛੱਡ ਕੇ ਧੜੇਮੰਦੀਆਂ ਨੂੰ ਛੱਡ ਕੇ ਇਕਤਾ ਦਾ ਸਬੂਤ ਦੇ ਕੇ ਜੋ ਸਾਡੇ ਮਹਾਰਾਜ ਨੇ ਸਾਡੀ ਬਾਣੀ ਲਿਖਿਆ ਜਾਂ ਸਾਨੂੰ ਦਿੱਤਾ ਉਹਨੂੰ ਅਮਰ ਵਿੱਚ ਮੰਨਣਾ ਪਊਗਾ ਨਹੀਂ ਤਾਂ ਗੁਰਪੁਰਬ ਮਨਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਸਿਰਫ ਇੱਕ ਦਿਨ ਜਾਂ ਦੋ ਦਿਨ ਪੈਸੇ ਖਰਚ ਕੇ ਲੰਗਰ ਸ਼ਕਿਆ ਕਰਨ ਨਾਲ ਨਹੀਂ ਲੇਕਰ ਉਹਨਾਂ ਦੀ ਸੱਚ ਮੁੱਚ ਵਿਚਾਰਧਾਰਾ ਨੂੰ ਜ਼ਿੰਦਗੀ 'ਚ ਅਮਰ ਚ ਲਾਉਣਾ ਨਾਲ ਲਿਉਣਾ ਹੀ ਉਹਨਾਂ ਨੂੰ ਸੱਚੀ ਸੁੱਚੀ ਯਾਦ ਕਰਨਾ ਇਹੀ ਉਹਨਾਂ ਨੂੰ ਯਾਦ ਕਰਨ ਦਾ ਇੱਕ ਵਧੀਆ ਤਰੀਕਾ ਆ ਨਹੀਂ ਤਾਂ ਇੱਦਾਂ ਜਨਮ ਦਿਨ ਮਨਾਉਂਦੇ ਰਹਾਂਗੇ ਕਰਦੇ ਰਹਾਂਗੇ ਉਹਦਾ ਕੋਈ ਵੀ ਲਾਭ ਨਹੀਂ ਲਾਭ ਇਸੇ ਵਿੱਚ ਹੈ ਉਹਨਾਂ ਦੇ ਅਸੀਂ ਤਾਂ ਹੀ ਸੱਚੇ ਪੈਰੋਕਾਰ ਆ ਜਿਉਂ ਉਹਨਾਂ ਦੀ ਏਕਤਾ ਵਾਲੀ ਗੱਲ ਮਧੂਮੱਖੀਆਂ ਵਾਲੀ ਗੱਲ ਬੇਗੰਪਰਾ ਵਾਲੀ ਗੱਲ ਰਾਜ ਭਾਗ ਵਾਲੀ ਗੱਲ ਨੂੰ ਸੱਚਮੁੱਚ ਹਕੀਕਤ ਵਿੱਚ ਬਦਲਣਾ ਲਈ ਆਪਾਂ ਯਤਨ ਕਰੀਏ ਸਮਰਪਣ ਭਾਵਨਾ ਨਾਲ ਕਰੀਏ ਤਾਂ ਹੀ ਜਿਹੜਾ ਹੈਗਾ ਰਬਦਾਸ ਮਹਾਰਾਜ ਨੂੰ ਉਹ ਵੀ ਕਹੂਗੇ ਹਾਂ ਸਾਡੀ ਏਲਾਦ ਜਿਹੜੀ ਆ ਉਹ ਸਹੀ ਦਿਸ਼ਾ ਚੱਲੀਆਂ ਕਿਉਂਕਿ ਉਹਨਾਂ ਨੇ ਐਨੀ ਉਸ ਵੇਲੇ ਬਗਾਵਤ ਕੀਤੀ ਆ ਤੇ ਇੰਨਾ ਉਹਨਾਂ ਨੇ ਉਸ ਵੇਲੇ ਦੇ ਹਾਕਮਾਂ ਨੂੰ ਲੜਾਈਆਂ ਲੜੀਆਂ ਛਕਿਆ ਸਭ ਕੁਝ ਕੀਤਾ ਤੇ ਲੇਕਿਨ ਅੱਜ ਉਹ ਉਹਨਾਂ ਦੀ ਜੇ ਕਿਤੇ ਹੋਣਗੇ ਦੇਖਦੇ ਹੋਣਗੇ ਵੀ ਮੇਰੀ ਕੌਮ ਜਿਹੜੀ ਮੈਂ ਇਹਨਾਂ ਦੇ ਇੰਨਾ ਕੁਝ ਕੀਤਾ ਅੱਜ ਫੇਰ ਮੇਰਾ ਜਨਮ ਦਿਨ ਇੱਕ ਦਿਨ ਮਨਾਉਂਦੇ ਆ ਦੇਖਣ ਇਹ ਆਪਸੀ ਅੰਦਰੂਨੀ ਜਿਹੜੀ ਸਹਿਮਤੀ ਆ ਉਹ ਅੰਦਰੂਨੀ ਜਿਹੜਾ ਹੈਗੀ ਆ ਉਹ ਪ੍ਰੇਮ ਪਿਆਰ ਨਹੀਂ ਰੱਖਦੇ ਇਸ ਕਰਕੇ ਸਾਨੂੰ ਇਸ ਸੰਕਲਪ ਲੈਣ ਦੀ ਲੋੜ ਆ ਕਿ ਆਪਸੀ ਮਤਭੇਦ ਨੂੰ ਭੁਲਾ ਕੇ ਆਪਾਂ ਜਿਹੜਾ ਹੈਗਾ ਏਕਤਾ ਬਣਾ ਕੇ ਕਿਸੇ ਇੱਕ ਮਕਸਦ ਮੰਨ ਵਧ ਕੇ ਤੇ ਉਹ ਬੇਗੰਪੁਰੇ ਦੀ ਸਥਾਪਨਾ ਜਿਹੜੀ ਆ ਇਸੇ ਜਨਮ ਵਿੱਚ ਕਰ ਸਕੀ ਹੈ ਬਿਲਕੁਲ ਜੀ ਇਸੇ ਜਨਮ ਦੇ ਵਿੱਚ ਸਥਾਪਨਾ ਕਰ ਸਕੀਏ ਦੀ ਗੱਲ ਆਪਾਂ ਕੀਤੀ ਹੈ ਸਰਪੰਚ ਸਾਹਿਬ ਇੱਕ ਨੈਗੇਟਿਵ ਪੱਖ ਵੀ ਹੁੰਦਾ ਤੁਸੀਂ ਕਿਹਾ ਕਿ ਸਮਾਜ ਨੇ ਬੜੀ ਤਰੱਕੀ ਕੀਤੀ ਹੈ ਰਾਜ ਭਾਗ ਚ ਵੀ ਪ੍ਰਸ਼ਾਸਨ ਦੇ ਵਿੱਚ ਵੀ ਆਰਥਿਕ ਤੌਰ ਤੇ ਵੀ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਸਮਾਜ ਨੇ ਬਹੁਤ ਵੱਡੇ ਪੱਧਰ ਤੇ ਆਪਣਾ ਜਿਹੜੀ ਆ ਸਥਾਨ ਬਣਾਇਆ ਜਗਾ ਆਪਣੇ ਲਈ ਆਪ ਬਣਾਈ ਆ ਬਹੁਤਾ ਸਮਾਜ ਅੱਜ ਪਿੱਛੇ ਵੀ ਰਹਿ ਗਿਆ ਕਿੱਦਾਂ ਦੇ ਹਾਲਾਤ ਨੇ ਜਿਹੜਾ ਪਿੱਛੇ ਰਹਿ ਗਿਆ ਸਮਾਜ ਦੇਖੋ ਪਿੱਛੇ ਰਹਿਣ ਦੀਆਂ ਵਜ੍ਹਾ ਦੇਖੋ ਇਹ ਆ ਕਿ ਜਿਹੜੇ ਬੰਦੇ ਸਥਾਪਤਵਾ ਜਿਹੜੇ ਖੁਸ਼ਹਾਲਵਾ ਜਿਹੜੇ ਕੁਝ ਸਾਧਨ ਵਾਲੇ ਲੋਕ ਆ ਜੇ ਕਿਤੇ ਉਹ ਸੱਚਮੁੱਚ ਆਪਣਾ ਫਰਜ਼ ਨਿਭਾਉਂਦੇ ਤਾਂ ਉਹ ਅੱਜ ਵੀ ਦਸ਼ਾ ਜਿਹੜੀ ਸਾਡੇ ਸਮਾਜ ਦੀ ਮਾਰੀ ਆ ਅੱਜ ਵੀ ਲੋਕੀ ਬਹੁਤ ਲੋਕੀ ਆ ਘਰਾਂ ਤੋਂ ਬਾਂਝੇ ਆ ਉਹ ਕੁੱਲੀਆਂ ਚ ਰਹਿ ਰਹੇ ਆ ਅੱਜ ਵੀ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਅੱਜ ਵੀ ਉਹ ਵਿਚਾਰੇ ਦਿਸ਼ਾ ਹਨਾ ਇੱਕ ਕਹਿੰਦੇ ਹੁੰਦੇ ਜ਼ਿੰਦਗੀ ਨੂੰ ਮੰਨਣਾ ਇੱਕ ਜ਼ਿੰਦਗੀ ਕੱਟਣਾ ਉਹ ਜ਼ਿੰਦਗੀ ਰੋਜ਼ ਦੀ ਮਰ ਮਰ ਕੇ ਕੱਟ ਰਿਹਾ ਹੈ ਇਹਦਾ ਕੀ ਕਿਹਾ ਸੀ 바ਵਾ ਸਾਹਿਬ ਨੇ ਕਰ ਕਹੀ ਸੀ ਕਿ ਮੈਂ ਤੁਹਾਨੂੰ ਪੜ੍ਹ ਲਿਖਣ ਦਾ ਅਧਿਕਾਰ ਇਸ ਕਰਕੇ ਦਿੱਤਾ ਕਿ ਤਾਂ ਕਿ ਤੁਸੀਂ ਵਧੀਆ ਕਪੜੇ ਪਾ ਕੇ ਵਧੀਆ ਸਿਸਟਮ ਬਣਾ ਕੇ ਉਹਨਾਂ ਤਰ੍ਹਾਂ ਜਾਓ ਉਹਨਾਂ ਮੁਹੱਲਿਆਂ 'ਚ ਜਾਓ ਜਿੱਥੇ ਸਾਡੇ ਲੋਕ ਪੜ੍ਹਾਈ ਤੋਂ ਬਾਂਝੇ ਰਹਿ ਗਏ ਜਾਂ ਗਰੀਬੀ ਕਰਨ ਬਾਂਝੇ ਰਹਿ ਗਏ ਆ ਲੇਕਿਨ ਉਹ ਜਿਹੜਾ ਸਾਡੇ ਪੜ੍ਹੇ ਲਿਖੇ ਲੋਕਾਂ ਨੇ ਕੋਈ ਸ਼ਹਾਲ ਲੋਕਾਂ ਨੇ ਫਰਜ਼ ਨਹੀਂ ਨਵਾਇਆ ਜਿਸ ਕਾਰਨ ਕਿ ਸਾਡੇ ਸਮਾਜ ਦਾ ਬਹੁਤਾ ਤਬਕਾ ਅਜੇ ਵੀ ਬਹੁਤ ਨੀਮਾ ਆ ਤੇ ਜਿਹੜੇ ਸਾਡੇ ਕੋਈ ਸ਼ਹਾਲ ਲੋਕ ਆ ਜਾਂ ਮੁਲਾਜ਼ਮ ਸਾਥੀ ਆ ਜਾਂ ਹੋਰ ਆ ਉਹ ਸਿਰਫ ਆਪਣੀਆਂ ਮੰਗਾਂ ਲਈ ਤਾਂ ਇਕੱਠੇ ਹੋ ਸਕਦੇ ਆ ਲੇਕਿਨ ਸਮਾਜ ਜਦੋਂ ਗੱਲ ਹੁੰਦੀ ਆ ਉਹ ਉਹ ਸਮਾਜ ਦੇ ਨਾਲ ਨਹੀਂ ਖੜਦੇ ਜਿਸ ਕਰਕੇ ਸਮਾਜ ਦੀ ਪੀੜਾ ਜਿਹੜੀ ਆ ਉਹ ਪੀੜਾ ਜਿਹੜੀ ਅੰਦਰ ਅਜੇ ਵੀ ਜਿਹੜੀ ਉਹ ਉਹਨਾਂ ਕਸਮ ਕਸ਼ ਹੋ ਰਹਾ ਆ ਉਹਨਾਂ ਨੂੰ ਕੋਈ ਸਹਾਰਾ ਨਹੀਂ ਦਿਸ ਰਿਹਾ ਇਸ ਕਰਕੇ ਜਿਹੜੇ ਬੰਦੇ ਖੁਸ਼ਹਾਲ ਵਾ ਜਿਹਨਾਂ ਬੰਦੇ ਕੋ ਸਮਾਂ ਆ ਉਹ ਜਿਹੜਾ ਇਹ ਵੈਗ ਟੂ ਸੋਸਾਇਟੀ ਵਾਲਾ ਜੇ ਕਰਨਗੇ ਤਾਂ ਇੱਕ ਦਿਨ ਜਰੂਰ ਜਿਹੜਾ ਹੈਗਾ ਆ ਉਹ ਆਪਾਂ ਇੱਕ ਮੰਜ਼ਲੇ ਮਕਸੂਦ ਤੇ ਪਹੁੰਚ ਸਕਦੇ ਆ ਇਸ ਕਰਕੇ ਇਹ ਉਹਨਾਂ ਦੇ اخਲਾਕੀ ਫਰਜ਼ ਵਾ ਇਹਨਾਂ ਨੂੰ ਸਮਾਜ ਨੂੰ ਸਮਝਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਹੈਗਾ ਆ ਉਹ ਬੀਗਮਪੁਰ ਵਾਲੇ ਰਸਤੇ ਤੇ ਆਪਾਂ ਤੁਰ ਸਕੀਏ ਬਿਲਕੁਲ ਜੀ ਇਹ ਬੀਗਮਪੁਰੇ ਵਾਲੇ ਰਸਤੇ ਤੇ ਤੁਰਨ ਦਾ ਸਮਾਂ ਹੈ ਸਮੇਂ ਦੀ ਲੋੜ ਹੈ ਸਮਾਂ ਮੰਗ ਕਰਦਾ ਹੈ ਕਿਉਂਕਿ ਸਤਗੁਰ ਰਬਦਾਸ ਮਹਾਰਾਜ ਜੀ ਦਾ ਹੁਣ ਪੁਰਬ ਹੈ ਜੀ ਸਾਰਿਆਂ ਦਾ ਧਿਆਨ ਇੱਧਰ ਹੈ ਜੇ ਧਿਆਨ ਇੱਧਰ ਹੈ ਤਾਂ ਜਿੱਥੇ-ਜਿੱਥੇ ਧਿਆਨ ਦੋਣ ਦੀ ਲੋੜ ਹੈ ਆਪਾਂ ਕੋਸ਼ਿਸ਼ ਵੀ ਕਰਨੀ ਆ ਵੀ ਆ ਸਮਾਜ ਪਿੱਛੇ ਰਹਿ ਗਿਆ ਇਸ ਕਰਕੇ ਪਿੱਛੇ ਰਹਿ ਗਿਆ ਅਨਾਂ ਦੀ ਗਲਤੀ ਕਰਕੇ ਪਿੱਛੇ ਰਹਿ ਗਿਆ ਜਾਂ ਉਹ ਆਪ ਅਵਿਸਲਾ ਸੀਗਾ ਅੱਜ ਜਿਵੇਂ ਤੁਸੀਂ ਕਿਹਾ ਕਿ ਬਹੁਤਾ ਸਮਾਜ ਜਿਹੜਾ ਆ ਉਹ ਅੱਜ ਵੀ ਬਿਨਾ ਘਰਾਂ ਤੋਂ ਰਹਿਣ ਲਈ ਮਜਬੂਰ ਹੈ ਭੁੱਖੇ ਸੌਣ ਲਈ ਮਜਬੂਰ ਹੈ ਬਿਨਾ ਐਜੂਕੇਸ਼ਨ ਬਿਨਾ ਵਿਦਿਆ ਤੋਂ ਉਹ ਅੱਜ ਵਿਦਿਆ ਤੋਂ ਵਾਂਝਾ ਹੈ ਤੇ ਬਹੁਤੇ ਲੋਕ ਅੱਜ ਵੀ ਬਿਨਾ ਇਲਾਜ ਤੋਂ ਉਹ ਮੌਦੇ ਮੂਹ ਵਿੱਚ ਜਾ ਰਹੇ ਨੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਬਹੁਤਾ ਸਮਾਜ ਅੱਜ ਵੀ ਸਰਕਾਰਾਂ ਦੀਆਂ ਜਾਂ ਸਿਸਟਮ ਦੀ ਭੇਂਟ ਚੜ ਰਹੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਸਮਾਜ ਦੀ ਦਸ਼ਾ ਤੇ ਦਿਸ਼ਾ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਹੁਣ ਆਪਾਂ ਦਸ਼ਾ ਦੀ ਗੱਲ ਕਰ ਰਹੇ ਹਾਂਲੇ ਅਗਰ ਸਮਾਜ ਨੂੰ ਦਿਸ਼ਾ ਦਿੱਤੀ ਜਾਂਦੀ ਇਹ ਲੀਡਰਾਂ ਵੱਲੋਂ ਤੇ ਸਾਡੇ ਧਾਰਮਿਕ ਆਗੂ ਸਹਿਵਾਨਾਂ ਵੱਲੋਂ ਸ਼ਾਇਦ ਸਮਾਜ ਕੋ ਰਹੀ ਨਾ ਪੈਂਦਾ ਜਾਂ ਘਟ ਪੈਂਦਾ ਸਮਾਜ ਦੀ ਦਿਸ਼ਾ ਤੇ ਅੱਜ ਦਸ਼ਾ ਕੁਝ ਹੋਰ ਵੀ ਸੁਹਾਵਣੀ ਹੋਣੀ ਸੀ ਚੰਗੀ ਹੋਣੀ ਸੀ ਅੱਜ ਦੇਖਣ ਲਾਇਕ ਹੋਣੀ ਸੀ ਸਤਗੁਰ ਰਵਦਾਸ ਮਹਾਰਾਜ ਜੀ ਦਾ ਸੰਕਲਪ ਅੱਜ ਪੂਰਾ ਹੁੰਦਾ ਦਿਖਾਈ ਦੇਣਾ ਸੀਗਾ ਪਰ ਉਹ ਪੱਖ ਨੂੰ ਛੋਣਾ ਵੀ ਬੜਾ ਜ਼ਰੂਰੀ ਕਿ ਸਮਾਜ ਜਿਹੜਾ ਪਿੱਛੇ ਰਹਿ ਚੁੱਕਾ ਜਿਹੜਾ ਅੱਜ ਪਿੱਛੇ ਰਹਿ ਚੁੱਕਾ ਸਰਪੰਚ ਸਾਹਿਬ ਸਤਗੁਰ ਰਵਦਾਸ ਮਹਾਰਾਜ ਜੀ ਦੀ ਜੇ ਗੱਲ ਕਰੀਏ ਤਾਂ ਉਹ ਉਹਨਾਂ ਨੇ ਬੁੱਧ ਨੂੰ ਪੜਿਆ ਬੁੱਧ ਦੀ ਫਿਲਾਸਫੀ ਨੂੰ ਜਾਣਿਆ ਤੇ ਸਤਗੁਰ ਰਵਦਾਸ ਮਹਾਰਾਜ ਦੀ ਫਿਲਾਸਫੀ ਵੱਖ-ਵੱਖ ਰਹਿਬਰਾਂ ਤੋਂ ਹੁੰਦੇ ਹੋਏ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਨੇ ਸਤਗੁਰ ਰਵਦਾਸ ਮਹਾਰਾਜ ਦੀ ਫਿਲਾਸਫੀ ਨੂੰ ਸਮਝਿਆ ਕਿ ਸਤਗੁਰ ਰਵਦਾਸ ਮਹਾਰਾਜ ਜੀ ਦਾ ਕਸੰਕਲਪ ਹੈ ਕਿ ਬੇਗੰਪੁਰਾ ਸਾਰਿਆਂ ਦਾ ਮਾਨ ਸਨਮਾਨ ਹੋਵੇ ਤੇ ਜਿਵੇਂ ਸਤਗੁਰ ਰਵਦਾਸ ਮਹਾਰਾਜ ਜੀ ਦਾ ਸ਼ਲੋਕ ਤੁਸੀਂ ਵੀ ਬੋਲਿਆ ਔਰ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣ ਦੀ ਗੱਲ ਵੀ ਕਹੀ ਹੈ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਨੇ ਪੜੋ ਤੇ ਜੁੜੋ ਤੇ ਸੰਘਰਸ਼ ਕਰੋ ਦਾ ਨਾਅਰਾ ਜਿਹੜਾ ਉਹ ਇਹੀ ਸਾਨੂੰ ਸੰਕੇਤ ਦਿੰਦਾ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਸੰਕਲਪ ਤੇ ਉਸ ਤੋਂ ਬਾਅਦ ਸਾਹਿਬ ਸ਼੍ਰੀ ਕੰਚੀਰਾਮ ਜੀ ਨੇ ਜਿਹੜਾ ਸਤਗੁਰੂ ਵਦਾਸ ਮਹਾਰਾਜ ਜੀ ਦਾ ਬਰਾਬਰਤਾ ਵਾਲੇ ਰਾਜ ਵਾਲਾ ਸੰਕਲਪ ਤੇ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਨੇ ਉਹਨੂੰ ਇਨਵਿਨ ਸਵਿਧਾਨ ਦੇ ਵਿੱਚ ਲਾਗੂ ਕਰਕੇ ਉਹਨੇ ਇੱਕ ਡਾਕੂਮੈਂਟ ਦੇ ਦਿੱਤਾ ਵੀ ਇਹ ਤੁਹਾਡੇ ਵਾਸਤੇ ਰੱਖਮਾ ਪੱਕਾ ਤੁਸੀਂ ਇਦਾਂ ਰਾਜਪਾਗ ਦੇ ਕਾਬਜ ਹੋ ਸਕਦੇ ਆ ਇੰਨੀਆਂ ਕ ਸੀਟਾਂ ਮੈਂ ਤੁਹਾਨੂੰ ਰਿਜ਼ਰਵ ਦੇਤੀਆਂ ਬਾਕੀ ਤੁਸੀਂ ਵੀ ਹੰਬਲਾ ਮਾਰਿਓ ਤੇ ਤੁਸੀਂ ਰਾਜਪਾਗ ਪਰ ਉਸ ਤੋਂ ਬਾਅਦ ਵੀ ਕੁਝ ਸਮਾਂ ਇਦਾਂ ਨੰਗਲ ਸਮਾਜ ਅਵਿਸਲਾ ਰਿਹਾ ਉਸ ਤੋਂ ਬਾਅਦ ਸਾਹਿਬ ਸ਼੍ਰੀ ਕੰਚੀ ਰਾਮ ਜੀ ਇਸ ਸਮਾਜ ਦੀ ਬਾਹ ਫੜਨ ਦੇ ਲਈ ਅੱਗੇ ਆਏ ਉਹਨਾਂ ਨੇ ਰਾਜਨੀਤੀ ਦੀ ਚਿੱਟਕ ਸਮਾਜ ਨੂੰ ਲਾਈ ਔਰ ਚੱਲ ਕੇ ਵੀ ਦਿਖਾਇਆ ਵੀ ਮੱਖੀਆਂ ਦੀ ਤਰ੍ਹਾਂ ਇਕੱਠੇ ਕਿਦਾਂ ਹੋਣਾ ਸੰਘਰਸ਼ ਕਿਦਾਂ ਉਹਨਾਂ ਨੇ ਇੱਕ ਸੰਘਰਸ਼ ਕਰਨਾ ਸਿਖਾਤਾ ਔਰ ਉਹਨਾਂ ਨੇ ਰਾਜੇ ਬਣਾ ਕੇ ਆਪਣੇ ਸਮਾਜ ਦੇ ਵਿੱਚੋਂ ਬਣਾ ਕੇ ਵੀ ਦਿਖਾ ਦਿੱਤੇ ਕਿ ਇਦਾਂ ਰਾਜੇ ਬਣਦੇ ਨੇ ਇਦਾਂ ਸ ਦੇਸ਼ ਦਾ ਸਾਰਾ ਸਰਮਾਇਆ ਰਾਜੇ ਦੇ ਹੱਥ ਦੇ ਵਿੱਚ ਹੁੰਦਾ ਉਹਨੂੰ ਆਪਣੇ ਸਮਾਜ ਦੇ ਜਿੱਥੇ ਮਰਜੀ ਖਰਚੀ ਚੱਲੋ ਤੁਹਾਡੇ ਹੱਥ ਦੇ ਵਿੱਚ ਬਾਗ ਡੋਰ ਹੋਊਗੀ ਫੇਰ ਕਿੱਥੇ ਇੱਕ ਚਿਟਕ ਰਹਿ ਗਈ ਕਿ ਸਮਾਜ ਅੱਜ ਸਤਗੁਰੂ ਦਾਸ ਮਹਾਰਾਜ ਜੀ ਦਾ ਰਾਜ ਭਾਗ ਵਾਲਾ ਜਿਹੜਾ ਸੁਪਨਾ ਆ ਉਹ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਸਮਾਜ ਦੇ ਵਿੱਚ ਕਿੱਥੇ ਕਿ ਕੁਤਾਹੀ ਰਹਿ ਗਈ ਕੀ ਕਹਿਣਾ ਚਾਹੁੰਗਾ ਤੁਹਾਡੇ ਮਨ 'ਚ ਕੀ ਹੈ ਕੁਤਾਹੀ ਇੱਕ ਤਾਂ ਇਹ ਹੈਗਾ ਕਿ ਜਿਹੜੇ ਮਹਾਪੁਰਸ਼ ਆ ਜਦੋਂ ਹਨਾ ਸਾਡੇ ਬਖਰੀ ਸਾਡੇ ਕਮ ਕਮੀ ਰਹਿਣ ਦੀ ਕਾਰਨ ਇਹ ਆ ਕਿ ਅਸੀਂ ਆਪਸ ਵਿੱਚ ਹੀ ਇਹ ਗੱਲ ਕਰਦੇ ਸਮਾਜ ਦੀ ਦੇਕਰ ਅਸੀਂ ਰਹਿਵਰਾਂ ਤੌਰ ਤੇ ਵੀ ਬੰਡੇ ਹੋਏ ਆ ਸਮੱਸਿਆ ਕਿੱਥੇ ਆ ਕਿ ਦੇਖੋ ਸਭ ਤੋਂ ਪਹਿਲਾਂ ਜਦੋਂ ਤਰਕ ਤੇ ਦਲੀਲ ਦੀ ਗੱਲ ਹੁੰਦੀ ਆ ਤਾਂ ਬੁੱਧ ਤੋਂ ਸ਼ੁਰੂ ਹੁੰਦੀ ਆ ਹੂੰ ਬੋਧ ਤੋਂ ਬਾਅਦ ਗੁਰੂ ਰਵਿਦਾਸ ਸਮੇਤ 35 ਮਹਾਪੁਰਸ਼ਾਂ ਦੀ ਗੱਲ ਆ ਜਾਂਦੀ ਆ ਉਸ ਤੋਂ ਬਾਅਦ ਸ਼ਾਹੋਜੀ ਛਤਰਪਾਈ ਤੱਕ ਆ ਜਾਂਦੀ ਆ ਫਿਰ ਰਾਮਾ ਸੋਮੀ ਦਾ ਕਹਿੰਦੀ ਆ ਬੀਬੀ ਸੁਤਰਾबाई ਫੁੱਲੀ ਤੱਕ ਆ ਜਾਂਦੀ ਆ ਉਸ ਤੋਂ ਬਾਅਦ 바ਵਾ ਸਾਹਿਬ ਤੱਕ ਆ ਜਾਂਦੀ ਆ ਹੁਣ ਇਹ ਬਖਰੇਵੇਂ ਕਰਨ ਵਾਲੇ ਕੀ ਹੁਣ ਦੇਖੋ 바ਵਾ ਸਾਹਿਬ ਜਿਹੜੇ ਹੈਗੇ ਇਹ ਸਾਰੇ ਇੱਕੋ ਹੀ ਇੱਕੋ ਹੀ ਤੱਕ ਇੱਕ ਇੱਕੋ ਹੀ ਕਲਾਸ ਦੇ ਸਾਰੇ ਕਲੋ ਵੀ ਸਾਡੇ ਅਧਿਆਪਕ ਆ ਸਾਰੀ ਵਿਚਾਰਧਾਰਾ ਇੱਕ ਹੈ ਸਾਰੀ ਵਿਚਾਰਧਾਰਾ ਇੱਕ ਆ ਹੁਣ ਦੇਖੋ ਗੁਰੂ ਡਾਕਟਰ ਜਦੋਂ ਕਈ ਬੰਦੇ ਕੀ ਕਰਦੇ ਆ ਸਾਡੇ ਸਮਾਜ ਦੇ ਲੋਕ ਉਹ 바ਵਾ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਕਰ ਦਿੰਦੇ ਆ ਔਰ ਵੱਤੋਂ ਅਲੱਗ ਕਰ ਦਿੰਦੇ ਆ ਹੁਣ ਜਦੋਂ 바ਵਾ ਸਾਹਿਬ ਨੇ ਕਿਤਾਬ ਪੜ੍ਹਦੇ ਆ ਅਸ਼ੂਤ ਅਸ਼ੂਤ ਕੌਣ ਉਹ 1948 ਚ ਲਿਖਦੇ ਆ ਉਹ ਕਿਤਾਬ ਗੁਰੂ ਗ੍ਰੰਥ ਸਾਹਿਬ ਨੂੰ ਭੇਂਟ ਕਰਦੇ ਆ ਕਿ ਮਨ ਦੀ ਪਵਿੱਤਰਤਾ ਤੇ ਸਦਾਚਾਰ ਕਰਕੇ ਉਹਨਾਂ ਨੂੰ ਇਹ ਅਸੀਂ ਕਿਤਾਬ ਪੁਸਤਕ ਭੇਂਟ ਕਰਦੇ ਆ ਇਹ ਬਖਰੇਵੇਂ ਜਿਹੜੇ ਆ ਜਨ ਕਿ ਉਹਨਾਂ ਦਾ ਬਖਰੇਵਾ ਕੋਈ ਨਹੀਂ ਸੀ ਇੱਕ ਉਹਨਾਂ ਨੇ ਕਿੰਨੀ ਵਧੀਆ ਲੱਗ ਲਿਖੀ ਐ ਮਨ ਦੇ ਪਵਿੱਤਰਤਾ ਤੇ ਸਦਾਚਾਰ ਕਰਕੇ ਮੈਂ ਇਹ ਕਿਤਾਬ ਗੁਰੂ ਰਵਿਦਾਸ ਨੰਦਨਾਰ ਔਰ ਇੱਕ ਹੋਰ ਮਹਾਪੁਰਸ਼ ਨੂੰ ਭੇਂਟ ਕਰਦਾ ਉਸ ਤੋਂ ਬਾਅਦ ਜੋ ਗੱਲ ਸਾਬ ਕਾਂਸ਼ੀਰਾਮ ਦੀ ਔਰ ਜੋ ਉਹਨਾਂ ਨੇ ਜਿੰਨੀ ਜਿੱਥੇ ਵੀ ਜਿੰਨਾ ਵੀ ਬਾਬਾ ਸਾਹਿਬ ਕਰ ਸਕਿਆ ਸੀ ਉਹਨਾਂ ਨੇ ਹਰ ਪਰਵਾਨੀ ਦੇ ਕੇ ਕੀਤੀ ਆ ਔਰ ਉਸ ਤੋਂ ਬਾਅਦ ਉਹਨਾਂ ਦੀ ਹੀ ਉਹਨਾਂ ਦੀ ਹੀ ਵਿਚਾਰਧਾਰਾ ਨੂੰ ਇੰਪਲੀਮੈਂਟ ਕਰਨ ਲਈ ਲਾਗੂ ਕਰ ਲਈ ਹਰ ਤਰੀਕਾ ਇਤਿਹਾਸ ਤੋਂ ਸਬਕ ਸਿੱਖਿਆ ਮਹਾਪੁਰਸ਼ਾਂ ਤੋਂ ਸਿੱਖਿਆ ਗੁਰੂ ਰਬਦਾਸ ਮਾਰੇ ਤੋਂ ਸਿੱਖਿਆ ਬੁੱਧ ਤੋਂ ਸਿੱਖਿਆ ਬਾਬਾ ਸਾਹਿਬ ਦਾ ਐਨ ਕਦੇ ਕੱਲੀ ਪਹਿਲੂ ਤੇ ਉਹਨੇ ਧਿਆਨ ਦੇ ਕੇ ਸਮਾਜ ਨੂੰ ਇਸ ਕਦਰ ਲਿਆਂਦਾ ਕਿ ਉਹਨੇ ਜੀਂਦੇ ਜੀ ਰਾਜਪਾਕ ਸਥਾਪਿਤ ਕਰਕੇ ਦੱਸਤਾ ਇਸੇ ਕਾਰਨ ਕਰਕੇ ਅੱਜ ਰਬਦਾਸ ਮਹਾਰਾਜ ਦਾ ਮੱਕਾ ਕਿਹਾ ਜਾਣ ਵਾਲਾ ਰਬਦਾਸੀਆਂ ਦਾ ਮੱਕਾ ਕਿਹਾ ਜਾਣਾ 12 ਨਸੀ ਯੂਪੀ ਦੇ ਵਿੱਚ ਗੁਰੂ ਰਬੀਦਾਸ ਦੇ ਨੌ ਤੇ ਮੰਦਰ ਉਹਨਾਂ ਦੇ ਨੌ ਤੇ ਗੇਟ ਉਹਨਾਂ ਦੇ ਨੌ ਤੇ ਜ਼ਿਲੇ ਔਰ ਉਹਨਾਂ ਦੇ ਨੌ ਤੇ ਯਾਦਗਾਰ ਬਣੀਆਂ ਇਹ ਉਹਨਾਂ ਨੇ ਇੱਕ ਪੰਨੂ ਇੱਕ ਛੋਟੇ ਜਿਹੇ ਸਮੇਂ ਦੇ ਵਿੱਚ ਇਹ ਦੱਸਿਆ ਔਰ ਰਾਜ ਭਾਗ ਜੇ ਜਿੱਦਣ ਸੱਚਮੁੱਚ ਸਾਡਾ ਰਾਜ ਭਾਗ ਪੂਰੇ ਤਰ੍ਹਾਂ ਸਥਾਪਿਤ ਹੋਊਗਾ ਤੇ ਸੱਚਮੁੱਚ ਜਿਹੜਾ ਉਹ ਬੇਗੰਭਰ ਬਸ ਚੱਕੂਗਾ ਲੇਕਿਨ ਗੱਲ ਸਿਰਫ ਇਹ ਆ ਕਿ ਮਹਾਪੁਰਸ਼ ਨੂੰ ਅਸੀਂ ਬੰਡੀਏ ਨਾ ਮਹਾਪੁਰਸ਼ਾਂ ਦੀ ਵਿਚਾਰ ਤਰ੍ਹਾਂ ਇੱਕੋ ਹੀ ਆ ਸਿਰਫ ਸਾਡੀ ਈਗੋ ਸਾਡਾ ਆਪਣਾ ਜਿਹੜਾ ਹੈਗਾ ਆ ਉਹ ਸਿਰਫ ਸਾਡੇ ਕੋਸ਼ ਜਿਹੜੇ ਆ ਬਹੁਤ ਡੇਰੇ ਚੰਗੀ ਤਰ੍ਹਾਂ ਕੰਮ ਕਰ ਰਹੇ ਆ ਪਰ ਕੋਸ਼ਿਸ਼ ਜਿਹੜੇ ਹੈਗੇ ਆ ਉਹ ਸਿਰਫ ਨਿੱਜੀ ਤੌਰ ਤੇ ਜੋੜਨ ਤੇ ਲੱਗੇ ਹੋ ਆ ਜਿਹਦੇ ਕਾਰਨ ਕਰਕੇ ਬੇਗਮਪੁਰਾ ਥੋੜਾ ਦੂਰ ਆ ਜਿੱਦਣ ਸਾਰਾ ਉਹਨਾਂ ਦੀ ਗੁਰੂ ਰਦਾਸ ਦੀ ਬਾਣੀ ਨੂੰ ਮੋਰੇ ਡਾਕ ਕੇ ਤੁਰਾਂਗੇ ਚਾਹੇ ਉਹ ਧਾਰਮਿਕ ਸੰਸਥਾ ਆ ਚਾਹੇ ਕੋ ਪਾਰਟੀ ਆ ਚਾਹੇ ਉਹ ਕਿਸੇ ਕੋਈ ਵੀ ਆ ਜਿੱਦਣ ਆਪਾਂ ਉਸ ਵਿਚਾਰਤਰ ਨੂੰ ਲੈ ਕੇ ਚੱਲਾਂਗੇ ਜਿਹੜੀ ਸੱਚੀ ਸੁੱਚੀ ਮਾਨਵਤਾ ਦਾ ਦੀ ਵਿਚਾਰਤਰਾ ਸਰਬੱਤ ਦੇ ਭਲੇ ਦੀ ਵਿਚਾਰਤਰਾ ਦਾ ਤਾਂ ਉਹ ਆਪਾਂ ਇਹ ਬੇਗੰਪੁਰ ਦੀ ਸਥਾਪਨਾ ਹੋ ਸਕਿਆ ਅਸੀਂ ਵੀ ਦੁਨੀਆ ਦੇ ਜਿੱਦਾ ਬਾਕੀ ਸਥਾਪਿਤ ਦੇਸ਼ ਆ ਕੈਨੇਡਾ ਆ ਅਮਰੀਕਾ ਆ ਉਹਨਾਂ ਦੇਸ਼ਾਂ 'ਚ ਅੱਜ ਵਸਿਆ ਬੇਗੰਪੁਰ ਆ ਅਸੀਂ ਉਹੀ ਜੀ ਚੀਜ਼ ਚਾਹੁੰਦੇ ਆ ਹੋਰ ਬੇਗੰਪੁਰ ਆ ਇਹ ਨਹੀਂ ਵੀ ਕਿਸੇ ਪਿੰਡ ਦੇ ਨੋਂ ਰੱਖ ਦਿੱਤਾ ਇੱਕ ਬਵਸਤਾ ਆ ਜਿੱਥੇ ਸਾਰੇ ਕਿਸੇ ਨੂੰ ਕੋ ਸਮੱਸਿਆ ਨਾ ਹੋਵੇ ਕੋ ਟੈਕਸ ਦੀ ਸਮੱਸਿਆ ਨਾ ਹੋਵੇ ਕੋ ਪੁਖਾਣਾ ਸੋਵੇ ਮਕਾਨ ਵਧੀਆ ਹੋਣ ਸਾਰਾ ਬਰਾਬਰ ਹੋਵੇ ਜਦ ਕਿ ਅੱਜ ਵੀ ਭਾਰਤ ਵਿੱਚ ਗੈਰ ਬਰਾਬਰੀ ਆ ਗੈਰ ਬਰਾਬਰੀ ਆ ਮਾਨਸਿਕ ਗ੍ਰਾਮੀਆ ਆ ਆਰਥਿਕ ਤੌਰ ਤੇ ਟੁੱਟੇ ਸ਼ੋਸ਼ਣ ਹੋ ਰਿਹਾ ਆ ਹਰ ਖੇਤਰ ਵਿੱਚ ਅੱਜ ਵੀ ਹੋ ਰਿਹਾ ਪਰ ਇਹ ਰੁਕਣਾ ਤਾਂ ਹੀ ਆ ਸਾਡੀ ਆਪਸੀ ਏਕਤਾ ਨਾਲ ਸਿਰ ਨਾਲ ਸਿਰ ਜੋੜਨ ਨਾਲ ਇੱਕ ਦੂਜੇ ਨੂੰ ਮਾਰਨਾ ਕਹਣਾ ਨਾ ਇੱਕ ਦੂਜੇ ਨੂੰ ਇਹ ਨਹੀਂ ਹੈਗਾ ਕਿ ਤੂੰ ਮਾਰਾਂ لیکن ਜੇ ਆਪਾਂ ਗੰਗ ਦਾ ਆਪਣੇ ਸਾਰੇ ਥੋੜੀ ਥੋੜੀ ਘਾਟਵਾ ਜੇ ਆਪਾਂ ਸਾਰੇ ਦੂਰ ਕਰਕੇ ਗੁਰੂ ਰਵਿਦਾਸ ਜਾਂ ਮਹਾਫੋਸ਼ਾ ਦੀ ਫਿਲਾਸਫੀ ਨੂੰ ਮੋੜੇ ਰੱਖਾਂਗੇ ਤਾਂ ਇੱਕ ਦਿਨ ਭਾਰਤ ਵੀ ਬਾਕੀ ਦੇਸ਼ਾਂ ਦੇ ਮੁਕਾਬਲੇ ਵਧੀਆ ਬਣ ਸਕਦਾ ਇਹ ਵੀ ਜਿਹੜਾ ਬੇਗਮਪੁਰੇ ਦੀ ਸਥਾਪਨਾ ਹੋ ਸਕਦੀ ਹੈ ਬਿਲਕੁਲ ਜੀ ਬੇਗਮਪੁਰੇ ਦੀ ਸਥਾਪਨਾ ਦੇ ਲਈ ਇਸ ਗੁਰਪੁਰਪ ਤੇ ਗੁਰਪੁਰਬ ਤੇ ਕਸਮਾਂ ਖਾਣੀਆਂ ਪੈਣਗੀਆਂ ਬਿਲਕੁਲ ਜੀ ਬਿਲਕੁਲ ਸੰਕਲਪ ਲੈਣਾ ਪਏਗਾ ਕਿ हे ਸਤਗੁਰੂ ਵੇ ਅਸੀਂ ਤੇਰਾ ਗੁਰਪੁਰਬ ਤੇ ਅਸੀਂ ਭੰਗੜੇ ਦਾ ਪਾ ਰਹੇ ਆ ਨਗਰ ਕੀਰਤਨ ਤੇ ਕੱਢ ਰਹੇ ਆ ਅਸੀਂ ਵਿਸ਼ਾਲ ਸਮਾਗਮ ਵੀ ਸਜਾ ਰਹੇ ਆ ਤੇ ਅਸੀਂ ਤੇਰੀ ਬਾਣੀ ਨੂੰ ਪੜ ਕੇ ਸੁਣ ਕੇ ਅਮਲ ਦੇ ਵਿੱਚ ਲਿਆ ਕੇ ਤੇਰਾ ਬੇਗਮਪੁਰਬ ਵੀ ਅਸੀਂ ਬਸਾਵਾਂਗੇ ਅੱਜ ਇਹ ਇਸ ਗੁਰਪੁਰਬ ਤੇ ਸੰਕਲਪ ਲੈਣ ਦੀ ਲੋੜ ਹੈ ਸਮਾਜ ਨੂੰ ਤੇ ਸਾਡੇ ਧਾਰਮਿਕ ਆਗੂ ਸਹਿਬਾਨਾਂ ਨੂੰ ਵੀ ਕਿ ਪਹਿਲਾਂ ਜਿੱਦਾਂ ਦਾ ਸਮਾਂ ਲੰਘਿਆ ਲੰਘਿਆ ਕਿ ਹੁਣ ਸਭ ਤੋਂ ਪਹਿਲਾਂ ਸਾਡੇ ਧਾਰਮਿਕ ਆਗੂ ਸਹਿਬਾਨ ਇਕੱਠੇ ਹੋਈਏ ਬਿਲਕੁਲ ਇੱਕ ਮੰਚ ਤੇ ਇਕੱਠੇ ਹੋਣ ਇੱਕ ਮੰਚ ਤੇ ਇਕੱਠੇ ਹੋਈਏ ਇੱਕ ਵਿਚਾਰਧਾਰਾ ਥੱਲੇ ਇਕੱਠੇ ਹੋਈਏ ਜਦੋਂ ਆਪ ਸਾਡੇ ਧਾਰਮਿਕ ਆਗੂ ਸਹਿਬਾਨ ਇਕੱਠੇ ਹੋ ਗਏ ਤਾਂ ਇਹਨਾਂ ਦੇ ਵੱਲ ਦੇਖ ਕੇ ਜਦੋਂ ਇਹਨਾਂ ਨੇ ਹੁਕਮ ਨਾਵਾ ਜਾਰੀ ਜਦੋਂ ਕਰਨਾ ਜਦੋਂ ਇਹਨਾਂ ਨੇ ਸੰਦੇਸ਼ ਦੇਣਾ ਸਮਾਜ ਨੇ ਆਪਣੇ ਆਪ ਇਕੱਠੇ ਹੋ ਜਾਣਾ ਜਦੋਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਤਾਂ ਇੱਕੋ ਹੀ ਸੰਦੇਸ਼ ਜਾਏਗਾ ਕਿ ਬੇਗੰਪੁਰ ਅਬ ਸੋਣਾ ਤਾਂ ਉਹ ਦਿਨ ਦੂਰ ਨਹੀਂ ਬੇਗੰਪੁਰਾ ਨਠਾਈ ਆਊਗਾ ਬਸਿਆ ਹੀ ਲੋ ਬਸ ਸਮਾਜ ਨੂੰ ਇਕੱਠੇ ਕਰਨ ਦੀ ਲੋੜ ਹੈਗੀ ਆ ਉਹ ਲੋੜ ਜਿਹੜੀ ਪੂਰੀ ਕਰਨ ਦਾ ਜਿਹੜਾ ਸਮਾਂ ਹੈ ਇਸ ਗੁਰਪੁਰਬ ਤੇ ਸਾਡੇ ਜਿਹੜੇ ਧਾਰਮਿਕ ਆਗੂ ਸਹਿਬਾਨ ਹੈਗੇ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਇਹਨਾਂ ਨੂੰ ਇੱਕ ਮਤ ਬਣਾਉਣੀ ਪਊਗੀ ਸਰਪੰਚ ਸਾਹਿਬ ਗੁਰਪੁਰਬ ਤੇ ਖਾਸ ਕਰਕੇ ਨਗਰ ਕੀਰਤਨ ਤੇ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇਕੱਠ ਜਦੋਂ ਕਿਸੇ ਵੱਡੇ ਪੌਲ ਤੋਂ ਜਦੋਂ ਇਦਾਂ ਸੰਗਤ ਆਉਂਦੀ ਦੀਦੀ ਹੁੰਦੀ ਆ ਕਈ ਵਾਰੀ ਅਸੀਂ ਆਪਾਂ ਵੀਡੀਓ ਜਾਂ ਫੋਟੋ ਖਿੱਚਦੇ ਹੋਈ ਤਾਂ ਇਦਾਂ ਲੱਗਦਾ ਹੁੰਦਾ ਵੀ ਇਹ ਹੜ ਆ ਗਿਆ ਵੀ ਇਸ ਹੜ ਦੇ ਮੂਰੇ ਕੋਈ ਨਹੀਂ ਰੋਕ ਸਕਦਾ ਪਰ ਜਦੋਂ ਇਲੈਕਸ਼ਨਾਂ ਆਂਦੀਆਂ ਵੋਟਾਂ ਆਂਦੀਆਂ ਜਿਹੜਾ ਸੰਕਲਪ ਸਤਗੁਰੂ ਰਵਦਾਸ ਮਹਾਰਾਜ ਜੀ ਕਹਿੰਦੇ ਸੀ ਬਰਾਬਰਤਾ ਵਾਲਾ ਰਾਜ ਉਸ ਵੇਲੇ ਉਹ ਹੜ ਪਤਾ ਨਹੀਂ ਕਿੱਧਰ ਨੂੰ ਚਲ ਜਾਂਦਾ ਉਹੀ ਹੜ ਨਦੀਆਂ ਨਾਲਿਆਂ ਖਾਲਿਆਂ ਦੇ ਰਾਹੀਂ ਵੰਡ ਹੋ ਕੇ ਉਹ ਆਪਣੇ ਆਪਣੇ ਤਰੀਕਿਆਂ ਦੇ ਨਾਲ ਉਹ ਜਿਹੜਾ ਦੁਸ਼ਮਣ ਆਪਣੀ ਚੱਲ ਚੱਲ ਜਾਂਦਾ ਤੇ ਰਾਜਪਾਗ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਰਹਿ ਜਾਂਦਾ ਤੇ ਇਸ ਸਤਗੁਰ ਰਵदास ਮਹਾਰਾਜ ਜੀ ਦਾ ਜਿਹੜਾ ਇਹ ਗੁਰਪੁਰਬ 2023 ਦੇ ਵਿੱਚ ਹੈਗਾ ਆ ਤੇ ਇੱਥੇ ਸੰਕਲਪ ਲੈਣ ਦੀ ਲੋੜ ਹੈ ਕਿ ਅਸੀਂ ਮਹਾਨ ਪੁਰਸ਼ਾਂ ਦਾ ਆਪਣੇ ਗੁਰੂ ਸਾਹਿਬ ਦਾ ਅਸੀਂ ਸੰਕਲਪ ਜਿਹੜਾ ਉਹ ਪੂਰਾ ਕਰਨਾ ਅਸੀਂ ਗੁਰਪੁਰਬ ਤੇ ਠੀਕ ਹੈ ਕਿ ਸਾਨੂੰ ਬੜੇ ਜਸ਼ਨ ਮਨਾਉਣੇ ਚਾਹੀਦੇ ਨੇ ਸਾਨੂੰ ਜਿਹੜੇ ਨਗਰ ਕੀਰਤਨ ਵਧੀਆ ਤਰੀਕੇ ਦੇ ਨਾਲ ਇੱਕ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਉਹ ਮਨਾਉਣੇ ਚਾਹੀਦੇ ਚੰਗੀ ਗੱਲ ਹੈਗੀ ਆ ਸਮਾਜ ਦੇ ਵਿੱਚ ਸਰਕਾਰਾਂ ਤੱਕ ਵੀ ਇੱਕ ਸੰਦੇਸ਼ ਜਣਾ ਚਾਹੀਦਾ ਵੀ ਅਸੀਂ ਇਕੱਠੇ ਹਾਂ ਚੰਗੀ ਗੱਲ ਹੈਗੀ ਆ ਪਰ ਜਿਹੜੇ ਸਾਡੇ ਗੁਰਪੁਰਬ ਦੇ ਵਿੱਚ ਜਿਹੜਾ ਅਸੀਂ ਸੁਣਦੇ ਹਾਂ ਸਤਗੁਰਪ੍ਰਬਦਾਸ ਮਹਾਰਾਜ ਜੀ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਸ਼ਿਸ਼ੋਭਤ ਹੈ ਕਿ ਅੰਮ੍ਰਿਤ ਬਾਣੀ ਦੇ ਵਿੱਚ ਜਿਹੜੀ ਚਿਚੋਭਤ ਹੈਗੀ ਆ ਉਹ ਸੁਣ ਕੇ ਸਮਝ ਕੇ ਕਿ ਸੋਚ ਕੀ ਸੀ ਵਿਚਾਰਧਾਰਾ ਕਿਸੀ ਸਤਗੁਰੂ ਬਦਸ ਮਹਾਰਾਜ ਜੀ ਦੀ ਤੇ ਉਸ ਵਿਚਾਰਧਾਰਾ ਨੂੰ ਇਨ ਬਿਨ ਸਮਾਜ ਦੇ ਵਿੱਚ ਲਾਗੂ ਕਰਕੇ ਤੇ ਬੇਗਮਪੁਰਾ ਬਸਾਉਣ ਦੇ ਲਈ ਸਾਨੂੰ ਯਤਨ ਕਰਨੇ ਚਾਹੀਦੇ ਤਦ ਹੀ ਪਿੱਛੇ ਰਹਿ ਚੁੱਕਾ ਸਮਾਜ ਅੱਜ ਜਿਹੜਾ ਗਮਾਂ ਦਾ ਮਾਰਿਆ ਹੋਇਆ ਅੱਜ ਜਿਹੜਾ ਪੀੜਿਤ ਉਹ ਸਮਾਜ ਜਿਹੜਾ ਆ ਉਹ ਵੀ ਗਮਾਂ ਤੋਂ ਰਹਿਤ ਉਹ ਵੀ ਬੇਗਮ ਉਹ ਵੀ ਉਹ ਸਮਾਜ ਜਿਹੜਾ ਕੋਈ ਚੱਜ ਦੇ ਦਿਨ ਕੱਟਣ ਕੱਟਣ ਦੇ ਲਈ ਉਹਨਾਂ ਦੇ ਕੋਲ ਸਮਾਂ ਆਏਗਾ ਕੀ ਕਹਿਣਾ ਚਾਹੋਗੇ ਇਹ ਸਤਗੁਰ ਰਬਦਾਸ ਮਹਾਰਾਜੀ ਦਾ ਸੰਕਲਪ ਸੀ ਕਿ ਬਰਾਬਰਤਾ ਵਾਲਾ ਰਾਜ। ਬਾਬਾ ਸਾਪੀਮਰਾਓ ਡਾਕਟਰ ਅੰਬੇਦਕਰ ਜੀ ਨੇ ਉੱਤੇ ਕੰਮ ਕੀਤਾ ਹੈ। ਔਰ ਰਾਖਮਾ ਕਰਨ ਵੀ ਰਿਜ਼ਰਵ ਸੀਟਾਂ ਜਿਹੜੀਆਂ ਰਾਜਨੀਤੀ ਦੇ ਵਿੱਚ ਦਿੱਤੀਆਂ ਨੇ ਉਸ ਦੇ ਨਾਲ ਇਹ ਵੀ ਕਿਹਾ ਵੀ ਆਪ ਵੀ ਹਮਲਾ ਮਾਰਿਓ। ਇੰਨੀਆਂ ਕ ਮੇਰੇ ਵੱਲੋਂ ਕਲਕੱਟਾ ਸਟੇਟ ਦੇ ਵਿੱਚ ਵਿਧਾਇਕਾਂ ਦੀਆਂ ਤੇ ਐਮਪੀ ਸਹਿਬਾਨਾਂ ਦੀਆਂ ਜਿਹੜੀਆਂ ਸੀਟਾਂ ਰਿਜ਼ਰਵ ਵੀ ਨੇ ਤੇ ਨਾਲ ਹਮਲਾ ਮਾਰਨ ਲਈ ਵੀ ਕਿਹਾ ਵੀ ਜਨਲ ਤੇ ਵੀ ਤੁਸੀਂ ਮਾਰਿਓ। ਤੇ ਕੁਝ ਕੁਝ ਦਾ ਸਰਪੰਚਾਂ ਦੇ ਵਿੱਚ ਤਾਂ ਸਰਪੰਚ ਸਾਹਿਬ ਵੀ ਜਿਹੜੀਆਂ ਐਸਸੀ ਤੋਂ ਇਲਾਵਾ ਜਨਰਲ ਸੀਟਾਂ ਤੇ ਕਿਤੇ ਕਿਤੇ ਅੱਜ ਦੇਖ ਰਹੇ ਹਾਂ ਵੀ ਆਪਣਾ ਸਮਾਜ ਜਿਹੜਾ ਉਹ ਲੜ ਕੇ ਜਿੱਤ ਵੀ ਰਿਹਾ ਜੇ ਜਿੱਤਦਾ ਨਹੀਂ ਅਰਦਾ ਤਾਂ ਹੈ ਤੇ ਇਦਾਂ ਹੀ ਜਿੱਤਦੇ ਹੋਏ ਜਦੋਂ ਜਿੱਤ ਜਾਂਦੇ ਨੇ ਵਿਧਾਇਕ ਕੀ ਕਹਿਣਾ ਚਾਹੋਗੇ ਸਮਾਜ ਦੇ ਵਿੱਚ ਉਹਨਾਂ ਦੇ ਹੱਥ 'ਚ ਬਹੁਤ ਵੱਡੀ ਸ਼ਕਤੀ ਹੁੰਦੀ ਬਹੁਤ ਵੱਡੀ ਪਾਵਰ ਹੁੰਦੀ ਹੈ ਜਿਹੜੀ ਸਤਗੁਰਪ੍ਰਭ ਦਾਸ ਮਹਾਰਾਜ ਜੀ ਚਾਹੁੰਦੇ ਸੀ ਬੀਗਮ ਪ੍ਰਭ ਸੌਣ ਵਾਲੀ ਗੱਲ ਰਾਜ ਭਾਗ ਤੋਂ ਲੈ ਕੇ ਉਹ ਸਮਾਜ ਦੇ ਵਿੱਚ ਬਰਾਬਰਤਾ ਲਿਆ ਸਕਦੇ ਨੇ ਖਜ਼ਾਨੇ ਦਾ ਮੂੰਹ ਸਮਾਜ ਵੱਲੋਂ ਖੋਲ੍ਹ ਸਕਦੇ ਨੇ ਤੇ ਸਮਾਜ ਦੀ ਗੱਲ ਉਹ ਵਿਧਾਨ ਸਭਾਵਾਂ ਦੇ ਵਿੱਚ ਲੋਕ ਸਭਾਵਾਂ ਦੇ ਵਿੱਚ ਕਰ ਸਕਦੇ ਨੇ ਕੀ ਕਹਿਣਾ ਚਾਹੂਗੇ ਅੱਜ ਐਜੂਕੇਸ਼ਨ ਖੋਹੀ ਗਈ ਆ ਲੋਕ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਬੱਚੇ ਨੂੰ ਪੜਾ ਲੈਣ ਤਾਂ ਪੜਾ ਲੈਣ ਨਹੀਂ ਤੱਕ ਗਏ ਅੱਜ ਬੇਗੰਪੁਰੇ ਦੀ ਗੱਲ ਬਰਾਬਰਤਾ ਵਾਲੇ ਰਾਜ ਦੀ ਗੱਲ ਕਿੱਥੋਂ ਅਸੀਂ ਪਾੜਦੇ ਆਂ ਛੇ ਤਰ੍ਹਾਂ ਦੀ ਸੱਤ ਤਰ੍ਹਾਂ ਦੀ ਤਾਂ এডੂਕੇਸ਼ਨ ਹੈਗੀ ਆ ਹਰੇਕ ਪਿੰਡ ਦੇ ਵਿੱਚੋਂ ਹਰੇਕ ਸ਼ਹਿਰ ਦੇ ਵਿੱਚੋਂ ਸੱਤ ਅੱਠ ਸਕੂਲਾਂ ਨੂੰ ਬੱਸਾਂ ਜਾਂਦੀਆਂ ਵੱਖ-ਵੱਖ ਸ਼ਹਿਰਾਂ ਨੂੰ ਏ ਕਲਾਸ ਬੀ ਕਲਾਸ ਸੀ ਕਲਾਸ ਡੀ ਕਲਾਸ ਈ ਕਲਾਸ ਕਿਸੇ ਦੀ ਹਿੰਮਤ ਹੈ ਜਿਹਦੇ ਕੋਲ ਨਹੀਂ ਹਿੰਮਤ ਵਿਚਾਰਾ ਸਰਕਾਰੀ ਸਕੂਲ ਜਿੱਥੇ ਅਧਿਆਪਕ ਹੈ ਨਹੀਂ ਉੱਥੇ ਭੇਜ ਦਿੰਦਾ ਨਹੀਂ ਤਾਂ ਫੇਰ ਸੋਚਦਾ ਥੋੜੀ ਜਿਹਾ ਘੱਟ ਫੀਸ ਵਾਲਾ ਫੇ ਥੋੜੀ ਜਿਹਾ ਵੱਧ ਫੀਸ ਵਾਲਾ ਇਦਾਂ ਹੀ ਜਿਹੜੀਆਂ ਕਾਮਨਵੈਲ ਸਕੂਲ ਹਾਈ ਸਕੂਲ ਹਾਈ ਸਕੂਲ ਦਾ ਬੇਅੰਤ ਇਹ ਵਿਤਕਰਾ ਜਿਹੜਾ ਆ ਲੱਗਦਾ ਵੀ ਤੁਹਾਨੂੰ ਇਹ ਰਾਜਨੀਤਿਕ ਲੋਕ ਜਿਹੜੇ ਸਾਡੇ ਵਿਧਾਇਕ ਨੂੰ ਖਤਮ ਕਰ ਸਕਦੇ ਸੀ ਦੇਖੋ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਜੇ ਜਦੋਂ ਅਰਦਾਸ ਮਾਰੇ ਦਾ ਗੁਰਪਰਵਾਉਂਦਾ ਆ ਜਾਂ ਪ੍ਰਭਾਤ ਫੇਰੀ ਹੁੰਦੀ ਆ ਜਾਂ ਉਤੋਂ ਪਹਿਲਾਂ ਸਾਰੇ ਜਿਹੜੇ ਸਮਾਗਮ ਚਾਈ ਜਾਂਦੇ ਉਹਦੇ ਵੀ ਸਾਡੀ ਗਿਣਤੀ ਬਹੁਤ ਹੁੰਦੀ ਆ ਹੁੰਦੀ ਆ ਬਹੁਤ ਰੱਛ ਹੁੰਦਾ ਆ ਸੰਗ ਤੇ ਬੁਰਾ ਉਤਸ਼ਾਹ ਹੁੰਦਾ ਆ ਹੁੰਦਾ ਆ ਹੁਣ ਗੱਲ ਇਹ ਆਵੇ ਉਸ ਉਤਸ਼ਾਹ ਨੂੰ ਉਸ ਖੁਸ਼ੀ ਨੂੰ ਕਬਰ ਕਿੱਦਾਂ ਕਰਨਾ ਆ ਉਹਦੇ ਵਾਸਤੇ ਨੰਬਰ 1 ਤਾਂ ਇਹ ਆ ਕਿ ਸਾਡੇ ਜਿਹੜੇ ਧਾਰਮਿਕ ਸਾਡੇ ਆਗੂ ਆ ਉਹਨਾਂ ਨੂੰ ਇੱਕ ਮੁੱਠਤਾ ਦਿਖਾਣ ਦੀ ਲੋੜ ਆ ਇੱਕ ਸਾਡੇ ਸਿਆਸੀ ਆਗੂ ਆ ਉਹਨਾਂ ਨੂੰ ਇੱਕ ਮੁੱਠਤਾ ਦੇ ਲੋੜ ਆ ਜਿੱਦਾਂ ਕਿਸੇ ਤਖਤ ਤੋਂ ਜਾਂ ਕਿਸੇ 15 ਅਗਸਤ ਤੋਂ 26 ਜਨਵਰੀ ਨੂੰ ਜਾਂ ਕਿਸੇ ਹੋਰ ਦਿਨ ਤੇ ਇਹ ਐਲਾਨ ਕੀਤਾ ਜਾਂਦਾ ਆ ਕੌਮ ਦੇ ਨਾਂ ਤੇ ਸਮਾਜ ਦੇ ਨਾਂ ਤੇ ਦੇਸ਼ ਦੇ ਨਾਂ ਤੇ ਇਦਾਂ ਗੁਰੂ ਰਵਿਦਾਸ ਦੇ ਨਾਂ ਤੇ ਸਾਡੇ ਡੇਰਿਆਂ ਪ੍ਰਮੁੱਖ ਨੂੰ ਜਿਹੜੇ ਗੁਰੂ ਰਵਿਦਾਸ ਦੇ ਲੱਗੇ ਉਹਨਾਂ ਨੂੰ ਇੱਕ ਐਲਾਨਨਾਮਾ ਇੱਕ ਸ਼ਰਤਨਾਮਾ ਇੱਕ ਕੌਮ ਦੇ ਨਾਂ ਤੇ ਸੰਦੇਸ਼ ਜਾਰੀ ਕਰਨਾ ਚਾਹੀਦਾ ਕਿ ਭਾਈ ਇਕੱਠੇ ਹੋਵੋ ਆ ਗੁਰੂ ਦਾ ਫਲਸਫਾ ਆ ਜੇ ਅਜਿਹੀ ਚੀਜ਼ ਹੋਊਗੀ ਜਿੱਦਾਂ ਵਿਧਾਨ ਸਭਾ ਹਰਕਤ ਪੰਜਾਬ ਦੇ ਵਿੱਚ 34 ਹਲਕੇ ਜਿਹੜੇ ਜਿਹੜੇ 34 ਆ ਔਰ ਯਰ ਹਲਕੇ ਆ ਜੇ ਚੌਤੀ ਉਦਣ ਇਕੱਠੇ ਹੋ ਕੇ ਇਹ ਤૈયਿਆ ਕਰਨ ਬਿਹਾ ਗੁਰੂ ਅਰਜਨ ਦੇਵ ਨੂੰ ਸਾਹਮਣੇ ਤੇਰੀ ਤਸਵੀਰ ਰੱਖ ਕੇ ਤੇਰੀ ਬਾਣੀ ਰੱਖ ਕੇ ਅਸੀਂ ਸੌਂ ਖਾ ਕੇ ਦਿਲ ਤੇ ਹੱਥ ਰੱਖ ਕੇ ਤੈਨੂੰ ਹਾਜ਼ਰ ਨਜ਼ਰ ਜਾਣ ਕੇ ਇਹ ਕਹਿੰਨੇ ਕਿ ਅਸੀਂ ਸੁਪਨਾ ਪੂਰਾ ਕਰਨ ਲਈ ਆਪਣੀ ਪਾਰਟੀ ਤੋਂ ਵੀ ਉੱਪਰ ਆਪਣੇ ਸਮਾਜ ਨਾਲ ਖੜਾਂਗੇ ਕਿਉਂਕਿ ਸਮਾਜ ਨਾਲ ਖੜਨ ਦਾ ਮਤਲਬ ਕੀ ਦੇਸ਼ ਨਾਲ ਖੜਨਾ ਜੇ ਇਦਾਂ ਦਾ ਤૈયਿਆ ਕੀਤਾ ਜਾਊਗਾ ਹੁਣ ਜਿਹੜੀਆਂ ਅਨੁਸੂਚਿਤ ਜਾਤੀਆਂ ਜਿਸ ਜਾਤੀ ਵਿੱਚ ਗੁਰੂ ਅਰਜਨ ਦੇਵ ਦਾ ਜਨਮ ਹੋਇਆ ਉਹਨੂੰ ਚਮਾਰ ਜਾਤੀ ਕਹਿੰਦੇ ਆ ਉਹਨਾਂ ਨੇ ਕਿੱਡੀ ਵੱਡੀ ਬਗਾਵਤ ਕੀਤੀ ਸੀ ਕਿ ਕਹਿ ਰਬਦਾਸ ਖਲਾਸ ਚ ਮਾਰਾ ਜੋ ਹਮ ਸੈਰੀਸੋ ਮੀਤ ਹਮਾਰਾ ਮੀਤ ਹਮਾਰਾ ਪਰ ਉਹਨਾਂ ਦੀ ਜਿਹੜੀ ਗੱਲ ਸੀ ਉਸ ਵੇਲੇ ਦੀ ਸਿੱਧੀ ਬਗਾਵਤ ਸਗੀ ਜਿੱਦਾਂ ਅੱਜ ਧਾਰਾ ਲੱਗਦੀ 295 ਬਈ ਤੂੰ ਧਰਮ ਦੇ ਖਿਲਾਫ ਬੋਲ ਰਿਹਾ ਉਹਨਾਂ ਨੇ ਉਸ ਵੇਲੇ ਇਹ ਗੱਲ ਠੋਕ ਕੇ ਕਹੀ ਬਈ ਤੁਸੀਂ ਮੈਨੂੰ ਚਮਾਰ ਚ ਮਰ ਕਹਿੰਨੇ ਆ ਪਰ ਮੈਂ ਚਮਾਰ ਤੋਂ ਵੀ ਖਲਾਸ ਚ ਮਾਰਾਂ ਦੂਜੇ ਪਾਸੇ ਪੰਜਾਬ ਦੇ ਵਿੱਚ 39 ਅਨਸੂਚਿਤ ਜਾਤੀਆਂ ਦੀਆਂ ਜਾਤਾਂ ਆ ਜੇ 39 ਅਨਸੂਚਿਤ ਜਾਤੀਆਂ ਜਾਤਾਂ 34 ਐਮ ਐਲ ਤੇ ਕੌਮ ਦੇ ਜਿੰਨੇ ਆਗੂ ਆ ਧਰਮਕ ਆਗੂ ਆ ਜੇ ਕਿਤੇ ਸਾਰੇ ਤਹਈਆ ਕਰ ਲੈਣ ਤਾਂ ਬੇਗੰਪੁਰਾ ਇਸੇ ਜਨਮ ਚ ਇਸੇ ਇਸੇ ਆ ਜਿਹੜੀ 2023 ਚ ਆ ਰਹੀ ਆ ਇਦਾਂ ਦੀ ਨੀਂਹ ਰੱਖੀ ਜਾ ਸਕਦੀ ਆ ਇਹ ਨੀਂਹ ਤੇ ਰੱਖੀ ਜਿਹੜੀ ਰੱਖੀ ਦਾ ਬਾਵਾ ਸਾਹਿਬ ਗੁਰੂ ਰਬਦਾਸ ਨੇ ਆ ਉਹਦੇ ਤੇ ਕੰਮ ਕੀਤਾ ਜਾ ਸਕਦਾ ਜੇ ਬਸਾਉਣਾ ਆ ਤੇ ਜੇ ਲੰਗਰ ਛਕਣਿਆ ਕੰਮ ਕਰਨਾ ਉਹ ਤਾਂ ਚੱਲੀ ਜਾਂਦਾ ਪਰ ਕੱਲ ਇਹ ਆ ਸਮੇ ਤੋਂ ਸਾਬ ਰੱਖਣਾ ਚਾਹੀਦਾ ਤੁੰਗ ਦੂਜਿਆਂ ਕੰਮ ਵੱਲ ਧਿਆਨ ਦੇਖੋ ਦੁਨੀਆ ਕਿੱਥੋਂ ਤੋਂ ਕਿੱਥੇ ਜਿਨ੍ਹਾਂ ਦਾ ਜੁਰਮ ਜਿਆਤੀਆਂ ਹੁਣ ਜਿਸ ਸਮਾਜੂ ਗੁਰੂਦਾਸ ਜੀ ਹੋਇਆ ਲਗਭਗ 5000 ਸਾਲ ਤੋਂ ਉਸ ਸਮਾਜ ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਟੱਕਾ ਹੋਇਆ ਤੁਸੀਂ ਅਜ਼ਰਾਇਲ ਦੀ ਉਦਾਹਰਣ ਦੇਖ ਲਓ ਉਹਨਾਂ ਲੋਕਾਂ ਨਾਲ ਕਿੰਨਾ ਯੁਰਮ ਤੱਕੇ ਛਾਈਆਂ ਹੋਈਆਂ ਲੇਕਰ ਅੱਜ ਦੇਖੋ ਉਹਨਾਂ ਨੇ ਕਿੰਨੇ ਸਬਕ ਸਿੱਖੇ ਆ ਕਿ ਉਹਨਾਂ ਵਿੱਚ ਕੋਈ ਮਤਭੇਦ ਵੀ ਹੁੰਦਾ ਉਹ ਉਹਨਾਂ ਚਿਰ ਉਸ ਕਮਰੇ ਤੋਂ ਉਸ ਦਵਾਰ ਤੋਂ ਚਾਰ ਦਵਾਰੀ ਤੋਂ ਬਾਹਰ ਨਹੀਂ ਆਉਂਦੇ ਜਿੰਨਾ ਚਿਰ ਉਹ ਮਸਲਾ ਹੱਲ ਨਹੀਂ ਹੁੰਦਾ ਉਹਨੂੰ ਚਾਹੇ 1 ਮਹੀਨਾ ਲੱਗੇ 1 ਚਾਰ ਸਾਲ ਲੱਗੇ ਔਰ ਦੁਨੀਆ ਦੇ ਜਿੰਨੇ ਨੋਬਲ ਪੁਰਸਕਾਰ ਮਿਲੇ ਆ ਉਹਨਾਂ ਦੇ ਸਭ ਵਡੇਰੇ ਪੁਰਸਕਾਰ ਉਹਨਾਂ ਨੂੰ ਮਿਲੇ ਆ ਜਿੰਨੀ ਮਿਲਟਰੀ ਪਾਵਰ ਉਹਨਾਂ ਦੇ ਕੋਲ ਆ ਉਹਨਾਂ ਨੇ ਸਬਕ ਸਿੱਖਿਆ ਸਾਡੀ ਕੌਮ ਨੇ ਕਦ ਸਬ ਕਦ ਸਬਕ ਸਿੱਖਣੇ ਆ ਇਹ ਅੱਜ ਮੌਕਾ ਆ ਜੇ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਜੇ ਬਾਣੀ ਨੂੰ ਮੰਨਦੇ ਆ ਜੇ ਮਹਾਪੁਰਸ਼ ਨੂੰ ਮੰਨਦੇ ਆ ਜੇ ਬਾਬਾ ਸਾਹਿਬ ਨੂੰ ਮੰਨਦੇ ਆ ਜੇ ਸੰਵਿਧਾਨ ਨੂੰ ਮੰਨਦੇ ਆ ਤਾਂ ਸਾਨੂੰ ਇਹ ਸੱਚਮੁੱਚ ਤਹਈਆ ਕਰਨ ਦੀ ਲੋੜ ਆ ਤੇ ਇਸ ਕਰਕੇ ਆਪਾਂ ਆਸ ਤੇ ਭਰੋਸਾ ਰੱਖਦੇ ਆ ਵੀ ਇਹ ਚੀਜ਼ਾਂ ਹਰ ਇੱਕ ਬੰਦਾ ਜਿਹੜਾ ਆ ਉਹ ਧਰਤੀ ਤੇ ਆਇਆ ਤੇ ਆਪਾਂ ਮਾਨਵਤਾ ਦੀ ਗੱਲ ਕਰਦੇ ਆ ਜਿਸ ਸਮਾਜ 'ਚ ਰਹਿੰਦੇ ਆ ਜਿਸ ਪੰਜਾਬ 'ਚ ਰਹਿੰਦੇ ਆ ਗੁਰੂਆਂ ਪੀਰਾਂ ਦੀ ਆਪਾਂ ਧਰਤੀ ਨੂੰ ਕਹਿੰਦੇ ਆ ਤੇ ਕਹਿੰਦੇ ਆ ਤਾਂ ਇੱਥੇ ਵਾਕਿਆ ਸਰਵਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਆ ਵਾਕਿਆ ਬੇਗੰਪੁਰੇ ਦੀ ਗੱਲ ਹੋਣੀ ਚਾਹੀਦੀ ਆ ਵਾਕਿਆ ਜਿਹੜੀ ਸਮਾਜ ਦੇ ਇਤਿ ਸੰਕਲਪ ਲਾਉਣ ਦੀ ਲੋੜ ਆ ਬਿਲਕੁਲ ਤੁਸੀਂ ਗੱਲ ਸੱਚੀ ਕੀਤੀ ਆ ਸੰਕਲਪ ਲਾਉਣ ਦੀ ਲੋੜ ਆ ਇੱਕ ਸਵਾਲ ਦਾ ਜਵਾਬ ਮੇਰਾ ਵਿੱਚ ਅਜੇ ਰੁਕ ਗਿਆ ਸਮਾਜ ਦੇ ਵਿੱਚ ਬਰਾਬਰਤਾ ਦੀ ਥਾਂ ਤੇ ਵਿਤਕਰਾ ਵੱਧਦਾ ਜਾ ਰਿਹਾ ਪਹਿਲਾਂ ਨਾਲੋਂ ਜ਼ਿਆਦਾ ਜਿਵੇਂ ਮੈਂ ਸਕੂਲਾਂ ਦੀ ਗੱਲ ਕੀਤੀ ਸੀ ABCDE ਕਲਾਸ ਕੁਝ ਲੋਕ ਸਰਕਾਰੀ ਸਕੂਲਾਂ 'ਚ ਭੇਜ ਦਿੰਦੇ ਕੁਝ ਘੱਟ ਖਰਚੇ ਵਾਲੇ ਸਕੂਲ 'ਚ ਭੇਜ ਦਿੰਦੇ ਕੁਝ ਉਦੋਂ ਵਧੀਆ ਸਕੂਲ 'ਚ ਭੇਜ ਦਿੰਦੇ ਉਦੋਂ ਵਧੀਆ ਸਮਾਜ ਦੇ ਵਿੱਚ ਤਾਂ ਵਿਤਕਰਾ ਵੱਧਦਾ ਜਾ ਰਿਹਾ ਹੈ ਇਹ ਕਿਦਾਂ ਪੂਰਾ ਹੋਏਗਾ ਦੇਖੋ ਵਿਤਕਰੇ ਦੀ ਗੱਲ ਦੇਖੋ ਵਿਤਕਰੇ ਦੀ ਬਿਲਕੁਲ ਗੱਲ ਹੈ ਕਿ ਵਿਤਕਰਾ ਬਹੁਤ ਆ ਹੁਣ ਤੁਸੀਂ ਦੇਖੋ ਜੇ ਵਿਤਕਰਾਰੇ ਦੇਖੇਵੇ ਇੱਕ ਸਰਕਾਰੀ ਜਿਹੜਾ ਟੀਚਰ ਵਾਦੇ ਆਪਕਵਾ ਉਹ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲ ਛੱਡ ਕੇ ਫਿਰ ਆਪਣੇ ਪੰਜਾਬੀ ਸਕੂਲੇ ਪੜਾਉਣ ਆਉਂਦਾ ਤੁਸੀਂ ਇਹ ਗੱਲ ਨੋਟ ਕਰੋ ਬਈ ਇੱਕ ਏਸੀ ਕਮਿਊਨਿਟੀ ਦਾ ਬੱਚਾ ਉਹ ਆਪ ਅਧਿਆਪਕ ਉਹ ਆਪ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲ ਛੱਡ ਕੇ ਆਉਂਦਾ ਤੇ ਉਸ ਤੋਂ ਬਾਅਦ ਫਿਰ ਉਹ ਪੰਜਾਬੀ ਸਕੂਲੇ ਪੜਾਉਣ ਆਉਂਦਾ ਇਸ ਕਰਕੇ ਇਹ ਵਿਤਕਰਾ ਪੜ੍ਹਾਈ ਦੇ ਪੱਖੋਂ ਕਿਉਂਕਿ ਜੇ ਕਹਿੰਦੇ ਆ ਕਿ ਜੇ ਪੜ੍ਹਾਈ ਹੋ ਗਈ ਜੇ 바ਵਾ ਜੇ ਗੁਰੂ ਅਰਜਨ ਦੇਵ ਜੀ ਨੇ ਪੜ੍ਹਾਈ ਦੀ ਗੱਲ ਕੀਤੀ ਆ ਬਈ ਵਿੱਦਿਆ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਹੈਗੇ ਤੇ ਗੁਰੂ ਬਾਬਾ ਸਾਹਿਬ ਨੇ ਗੱਲ ਕੀਤੀ ਵਿਦਿਆ ਦੇ ਵਿੱਚ ਕੋਈ ਕੁਝ ਵੀ ਨਹੀਂ ਹੈਗੇ ਤੇ ਅੱਜ ਸਾਰੀ ਦੁਨੀਆ ਨੂੰ ਪਤਾ ਸਾਨੂੰ ਸਭ ਨੂੰ ਪਤਾ ਕਿ ਜੇ ਪੜ੍ਹਾਈ ਕੀਤੀ ਤਾਂ ਤਾਂ ਡੀਸੀ ਲੱਗਣਾ ਜੇ ਪੜ੍ਹਾਈ ਕਰੂੰਗਾ ਤਾਂ ਐਸਐਸਪੀ ਲੱਗਣਾ ਤੇ ਪੜ੍ਹਾਈ ਕਰਨੀ ਤਾਂ ਜੱਜ ਬਣਨਾ ਤੇ ਪੜ੍ਹਾਈ ਕਰਨੀ ਤਾਂ ਸਰਪੰਚ ਬਣਨਾ ਭਾਈ ਪੜ੍ਹਾਈ ਦੀ ਲੋੜ ਤਾਂ ਹਰ ਪਾਸੇ ਆ ਪਰ ਗੱਲ ਇਸ ਚੀਜ਼ ਦੀ ਹੈ ਜਿਹੜੀ ਤੁਸੀਂ ਗੱਲ ਦੱਸਦੇ ਆ ਇਹ ਵਾਕਈ ਦੁਖਾਂਤਵਾ ਕਿ ਪੜ੍ਹਾਈ ਵੱਲ ਧਿਆਨ ਨਹੀਂ ਸਰਕਾਰਾਂ ਦਾ ਸਰਕਾਰਾਂ ਦਾ ਨਾ ਸਿਹਤ ਵੱਲ ਧਿਆਨ ਵਾ ਨਾ ਪੜ੍ਹਾਈ ਵੱਲ ਧਿਆਨ ਵਾ ਨਾ ਤੁਹਾਡੇ ਸੰਘਰਾਂ ਦੀਆਂ ਸਮੱਸਿਆਵਾਂ ਦਾ ਧਿਆਨ ਵਾ ਧਿਆਨ ਕਾਦੇ ਨਹੀਂ ਹੈਗਾ ਕਿਉਂਕਿ ਤੁਸੀਂ ਵੰਡ ਹੋਇਓ ਆ ਤਾਂ ਨਹੀਂ ਧਿਆਨ ਦਿੰਦੇ ਜਿੱਦਣ ਤੁਸੀਂ ਇਕੱਠੇ ਹੋਗਾ ਇਹੀ ਸਰਕਾਰਾਂ ਹੋਣੀਆਂ ਇਹੀ ਸਿਸਟਮ ਹੋਣੇ ਇਹੀ ਸਾਰਾ ਵਿਵਸਥਾ ਹੋਣੀ ਆ ਇਹਨਾਂ ਨੇ ਤੁਹਾਨੂੰ ਝੁਕ ਝੁਕ ਕੇ ਕਰਨਾ ਹੈ ਗੁਰੂ ਰਵਿਦਾਸ ਜੀ ਦੇਖੋ ਗੱਲ ਉਸ ਬੇਲੇ ਦੇ ਰਾਜੇ ਬਹਾਰਾਜੇ ਨੂੰ ਉਹਨਾਂ ਨੇ ਝੁਕਾਇਆ ਉਹਨਾਂ ਦੀ ਕੋਈ ਸਿਗਾ ਕੋਈ ਤਰਕ ਕੋਈ ਦਲੀਲ ਸੀਗੀ ਅੱਜ ਅੱਜ ਇੰਨੀ ਚੇਤਨਤਾ ਵੱਧ ਗਈ ਆ ਹਰ ਪੱਖ ਤੋਂ ਤਰੱਕੀ ਹੋ ਗਈ ਆ ਲੇਕਿਨ ਫਿਰ ਅਸੀਂ ਜਿਹੜੇ ਹੈਗੇ ਉਹ ਫਟੇ ਹੋਏ ਆ ਕਾਰਨ ਕੀ ਆ ਅਸਲ 'ਚ ਕੀ ਆ ਜਿਹੜੇ ਕੰਮ ਅਕਾ ਦੁਸ਼ਮਣ ਕਰਦਾ ਹੁੰਦਾ ਸੀ ਹੁਣ ਦੁਸ਼ਮਣ ਨੂੰ ਸਿੱਧਾ ਕਰਨ ਦੀ ਲੋੜ ਨਹੀਂ ਹੁਣ ਅਸੀਂ ਆਪਸੀ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣੇ ਹੋ ਜਿਹਦੇ ਕਾਰਨ ਕਰਕੇ ਘਾਟ ਆਇਆ ਪੜ੍ਹਾਈ ਦੀ ਸਿੱਖਿਆ ਦੀ ਰੁਜ਼ਗਾਰ ਦੀ ਗੱਲ ਆ ਇਹ ਸਾਰੀਆਂ ਚੀਜ਼ਾਂ ਲੋੜ ਆ ਬੇਸਵਾ ਜਿਹਦੇ ਨਾਲ ਅਸੀਂ ਤੁਰਾਂਗੇ ਫੇਰਾਂਗੇ ਆਉਣ ਵਾਲੇ ਸਮੇਂ 'ਚ ਸਮਾਜ ਤਰੱਕੀ ਕਰੂਗਾ ਦੇਸ਼ ਤਰੱਕੀ ਕਰੂਗਾ ਦੁਨੀਆ ਦੇ ਬਰਾਬਰ ਆਵਾਂਗੇ ਪਰ ਉਹ ਚੀਜ਼ਾਂ ਹੋ ਨਹੀਂ ਰਹੀਆਂ ਕਾਦੀ ਨਹੀਂ ਹੋ ਰਹੀਆਂ ਕਿਉਂਕਿ ਅਸੀਂ ਫਟੇ ਆ ਇਸ ਵੇਲੇ ਜਿਹੜੀ ਆ ਭਾਰਤ ਦੀ ਜੇ ਪੰਜਾਬ ਦੀ ਦੇਖਿਆ ਜਾਵੇ ਤਾਂ ਪੰਤੇ ਇਹ ਨੀਸੋ ਜਿਹੜੀ 2011 ਚ ਵਰਤਸ਼ਮਈਆ ਲਗਭਗ 32% ਸੀਗੇ ਐਸ ਵਿੱਚ 36 ਤੋਂ ਲੈ ਕੇ 42% ਤੱਕ ਜਿਹੜੇ ਹੈਗੇ ਆ ਉਹ ਐਸਸੀ ਕਮਿਊਨਿਟੀ ਦੇ ਲੋਕ ਆ ਲੇਕਿਨ ਉਹ ਵੰਡ ਹੋਏ ਹੋ ਜਿੱਦਣ ਇਕੱਠੇ ਹੋ ਗਏ ਇੱਕ ਥਾਂ ਤੇ ਇਕੱਠੇ ਹੋ ਗਏ ਉਸ ਦਿਨ ਦੁਨੀਆ ਦੀ ਕੋਈ ਯੁਰਤ ਨਹੀਂਗੇ ਤੁਹਾਡੇ ਮਸਲੇ ਨਹੀਂ ਹੱਲ ਹੋਣਗੇ ਅੱਜ ਤੁਹਾਡਾ ਕੋਈ ਵੀ ਤੁਹਾਨੂੰ ਸਹੂਲਤ ਦਿੰਦੇ ਆ ਕੋਈ ਸ਼ਰਤਾਂ ਲਾਈਆਂ ਆ ਕੋਈ ਸਕੋਰ ਦੱਸਦੇ ਆ ਕੋਈ ਕੁਛ ਦੱਸਦੇ ਕੋਈ ਕੁਛ ਦੱਸਦੇ ਆ ਤੁਹਾਨੂੰ ਉਹਨਾਂ ਵਿੱਚ ਇਲਝਾਇਆ ਕੋਈ ਨੀਲੇ ਕੱਟ ਬਣਾ ਦਿਓ ਜੀ ਹੁਣ ਕਟਾ ਦਿਓ ਜੀ ਹੁਣ ਆ ਸਰਵੇ ਕਰ ਦਿਓ ਜੀ ਆ ਕਰ ਦਿਓ ਜੀ ਯਾਨੀ ਕਿ ਜਦੋਂ ਵੀ ਸਰਕਾਰ ਕੋ ਆਉਂਦੀ ਆ ਕੋਈ ਜਾਂਦੀ ਆ ਤੁਹਾਨੂੰ ਇਹ ਚੀਜ਼ਾਂ ਆ ਜਾ ਆ ਉਹਦਾ ਉਲਜਣ ਦਾ ਕਾਰਨ ਇਹੀ ਆ ਕਿ ਸਾਡੀ ਏਕਤਾ ਨਾ ਹੋਣਾ ਇੱਕ ਦੂਜੇ ਨੂੰ ਅਸੀਂ ਨੀਮਾ ਦਾ ਖੜਨਾ ਤੇ ਜੇ ਇਹਨਾਂ ਕਰਕੇ ਆਹ ਜਿਹੜੀ ਪ੍ਰੋਗਰੈਸ ਕਰਕੇ ਇਸ ਮੌਕੇ ਤੇ ਸੰਕਲਪ ਜਿਹੜਾ ਹੈਗਾ ਆ ਉਹੀ ਸਾਡਾ ਸਿੱਖਿਆ ਨੂੰ ਸੁਧਾਰ ਸਕਦਾ ਉਹੀ ਸਾਡੀ ਵਿੱਦਿਆ ਨੂੰ ਸੁਧਾਰ ਸਕਦਾ ਉਹੀ ਸਾਡੀ ਸਿਹਤ ਨੂੰ ਸੁਧਾਰ ਸਕਦਾ ਉਹੀ ਸਾਡੇ ਰੋਜ਼ਗਾਰ ਨੂੰ ਸੁਧਾਰ ਸਕਦਾ ਉਹੀ ਸਾਡੇ ਕੌਮ ਦਾ ਜਿਹੜਾ ਹੈਗਾ ਆ ਇਕਤਾ ਬਣਾ ਸਕਦੀ ਆ ਕਿਉਂਕਿ ਇਕਤਾ ਤੋਂ ਬਿਨਾ ਅਨੇਕਤਾ ਵਿੱਚ ਇਕਤਾ ਵਸੋਣੀ ਸਮੇ ਦੀ ਮੰਗ ਹੈ ਬਿਲਕੁਲ ਜੀ ਅਨੇਕਤਾ ਤੋਂ ਇਕਤਾ ਦੇ ਵਿੱਚ ਵਸੋਣਾ ਜਿਹੜਾ ਉਹ ਸਮੇ ਦੀ ਮੰਗ ਹੈ ਸਰਪੰਚ ਸਾਹਿਬ ਰਾਤ ਨੂੰ ਅੱਜ ਅਨਾਉਂਸਮੈਂਟ ਹੋ ਜਾਵੇ ਗੁਰੂ ਘਰ ਦੇ ਵਿੱਚ ਸਪੀਕਰ ਦੇ ਵਿੱਚ ਬੋਲ ਦਿੱਤਾ ਜਾਵੇ ਵੀ ਸਵੇਰ ਨੂੰ ਤੜਕੇ ਹੀ ਤੁਹਾਡੇ ਪਿੰਡ ਦੇ ਨਾਲ ਦੀ ਗਰਾਊਂਡ ਦੇ ਵਿੱਚ ਜਹਾਜ਼ ਉਤਰਨਾ ਆ ਉਹਨੇ ਸਿੱਧਾ ਹੀ ਇੱਥੋਂ ਕੈਨੇਡਾ ਨੂੰ ਜਾਣਾ ਆ ਵੀ ਜੇ ਨੇ ਜੇ ਨੇ ਜਾਣਾ ਆ ਫ੍ਰੀ ਆ ਵੀ ਜੇ ਦੀ ਲੋੜ ਨਹੀਂ ਵੀ ਜਹਾਜ਼ 'ਚ ਜਿਹੜੇ-ਜਿਹੜੇ ਵਹਿ ਗਏ ਤੇ ਸਾਰੇ ਜਾਣਗੇ ਮੈਨੂੰ ਲੱਗਦਾ ਵੀ ਕੋਈ ਘਰ ਰਹੇਗਾ ਨਹੀਂ ਨਾ ਮਾਲ ਡੰਗਰ ਇਦਾਂ ਹੀ ਛੱਡ ਛੁੱਡ ਕੇ ਜਹਾਜ਼ 'ਚ ਬੈਠਣ ਦੀ ਬਸ ਪਾਂ ਤਨ ਕੱਪੜੇ ਹੈਗੇ ਆ ਤਾਂ ਹੈਗੇ ਆ ਉੱਥੇ ਜਾ ਕੇ ਖਰੀਦ ਲਾਂਗੇ। ਜੈੱਕ ਇੱਕ ਸੂਟ ਲੈ ਲੈ ਇੱਕ ਇੱਕ ਵਰਦੀ ਲੈ ਲੈ ਨਿਆਣਿਆਂ ਨੂੰ ਇਦਾਂ ਹਨਾ ਨੂੜ ਨੂੜ ਕੇ ਜਹਾਜ਼ ਦੇ ਵਿੱਚ ਨਾ ਬੈਠ ਜਊ ਸਾਰਾ ਪਿੰਡ। ਮਗਰ ਭਵਾ ਕੋਈ ਪਸ਼ੂਆਂ ਨੂੰ ਪੱਠੇ ਪਾਉਣ ਚੋਗਾ ਵੀ ਨਾ ਭਵਾ ਕੋਈ ਬੱਚੇ ਕਿਸੇ ਨੂੰ ਕੋਈ ਚਿੰਤਾ ਨਹੀਂ ਮਗਰ ਸਾਡੀ ਪ੍ਰਾਪਰਟੀ ਹੈ। ਸਾਡਾ ਘਰ ਹੈ, ਸਾਡਾ ਮਾਲ ਡੰਗਰ ਹੈ, ਸਾਡੀ ਖੇਤੀ ਹੈ ਕਿਸੇ ਨੂੰ ਕੋਈ ਚਿੰਤਾ ਨਹੀਂ। ਉਹ ਇੱਥੋਂ ਇੰਨਾ ਮਨ ਉੱਠ ਗਿਆ ਲੋਕਾਂ ਦਾ ਸਮਾਜ ਦਾ ਕਿ ਕਿਹੜੀ ਕੜੀ ਅਸੀਂ ਜਹਾਜ਼ 'ਚ ਬੈਠੀਏ ਵਿਦੇਸ਼ ਚਲ ਜਾਈਏ ਖਾਸ ਕਰਕੇ ਪੜਿਆ ਲਿਖਿਆ ਜਿਹੜਾ ਸਮਾਜ ਹੈ ਉਹਦੀ ਜਿਆਦਾ ਮਾਨਸਿਕਤਾ ਇਦਾਂ ਦੀ ਬਣੀ ਆ ਵੀ ਕਿਹੜੀ ਕੜੀ ਕਿਹੜੀ ਕੜੀ ਇਸ ਦੇਸ਼ ਨੂੰ ਛੱਡ ਕੇ ਵਿਦੇਸ਼ ਚਲੇ ਜਾਈਏ ਪਮਾ ਰਸਤਾ ਤਰੀਕਾ ਕੋਈ ਹੋਵੇ ਪਮਾ ਖਤਰੇ ਵਾਲਾ ਹੈ ਸਾਨੂੰ ਪਮਾ ਜਹਾਜ਼ ਦੇ ਮਗਰ ਪੂਛ ਫੜ ਕੇ ਲਟਕ ਕੇ ਹੀ ਜਾਣਾ ਪਵੇ ਚਾਹੇ ਸਾਨੂੰ ਗੋਆਂ ਗੋਲੀਆਂ ਦੇ ਸائے ਹੇਠ ਜਾਣਾ ਪਵੇ ਤੁਹਾਨੂੰ ਜੰਗਲਾਂ ਰਾਹੀਂ ਜਾਣਾ ਪਵੇ ਸਮੁੰਦਰ ਚ ਤਰ ਕੇ ਜਾਣਾ ਪਵੇ ਇੱਥੋਂ ਛੱਡ ਕੇ ਚਲੇ ਜਾਈਏ ਸਤਗੁਰੂ ਦਾਸ ਮਹਾਰਾਜ ਜੀ ਤਾਂ ਨਹੀਂ ਚਾਹੁੰਦੇ ਸੀਗੇ ਤੇ ਬਾਬਾ ਸਾਹਿਬ ਵੀ ਮਰਾਉ ਡਾਕਟਰ ਅੰਬੇਡਕਰ ਜੀ ਨੇ ਵੀ ਇੱਥੇ ਬੀਗੰਪੁਰਾ ਬਸਾਉਣ ਦੇ ਲਈ ਰਸਤਾ ਦਿੱਤਾ ਇਸ ਦੇਸ਼ ਦੇ ਵਿੱਚ ਇਸ ਦੇਸ਼ ਨੂੰ ਵਧੀਆ ਬਣਾਇਆ ਜਾ ਸਕਦਾ ਹੈਗਾ ਕੀ ਕਹਿਣਾ ਚਾਹੂੰਗੇ ਸਰਕਾਰਾਂ ਇਸ ਸਿਸਟਮ ਨੂੰ ਇੱਥੇ ਵਧੀਆ ਬਣਾ ਸਕਦੀਆਂ ਅੱਜ ਜਦੋਂ ਸਰਕਾਰੀ ਅੰਕੜੇ ਦੇਖਦੇ ਆਂ ਤੇ ਬਹੁਤੀ ਗਿਣਤੀ ਬਹੁਤੀ ਤੋਂ ਵੀ ਬਹੁਤੀ ਗਿਣਤੀ ਜਿਹੜੀ ਨੌਜਵਾਨ ਪੀੜ੍ਹੀ ਲੜਕੇ ਲੜਕੀਆਂ ਨਸ਼ੇ ਦੀ ਗ੍ਰਸਤ ਵਿੱਚ ਜਿਹੜੇ ਬੱਚੇ ਨੇ ਉਪਦੇਸ਼ ਜਾਣਾ ਚਾਹੁੰਦੇ ਨੇ ਬਲਕਿ ਅੱਧੋਂ ਵੱਧ ਚਲੇ ਵੀ ਗਏ ਨੇ ਉਹਨਾਂ ਦੇ ਮਗਰ ਮਾਪੇ ਵੀ ਤਿਆਰ ਐ ਵੀ ਸਾਡੇ ਬੱਚੇ ਹੁਣ ਪੀਆਰ ਆਉਣ ਵਾਲੀ ਐ ਹੁਣ ਵੀਜ਼ਾ ਆ ਜਾਣਾ ਪਹਿਲਾਂ ਮੇਰੀ ਘਰ ਵਾਲੀ ਨੇ ਚਲ ਜਾਣਾ ਮਗਰ ਮੈਂ ਵੀ ਚਲ ਜਾਊਂਗਾ ਐਦਾਂ ਨਹੀਂ ਸਾਰਿਆਂ ਨੇ ਘੜਤ ਘੜੀਆਂ ਹੋਈਆਂ ਨੇ ਕਿੱਥੇ ਬੇਗੰਪੁਰੇ ਦੀ ਆਸ ਰੱਖੀ ਜਾ ਸਕਦੀ ਕੀ ਕਹਿਣਾ ਚਾਹੋਂਗੇ ਇੱਥੇ ਬੇਰਜ਼ਗਰੀ ਤੇ ਗੁੜਾ ਸਾਹਿਬ ਦੇ ਵਾਸਤੇ ਇਹ ਆ ਕਿ ਜਿਹੜੀਆਂ ਸਰਕਾਰਾਂ ਚੁਣਦੇ ਆ ਉਹਦੀ ਨੀਤ ਤੇ ਨੀਅਤ ਦੀ ਜਿਹੜੀ ਘਾਟ ਵਾ ਉਹਨਾਂ ਦੀ ਨੀਤ ਤੇ ਨੀਅਤ ਜਿਹੜੀ ਉਹ ਸਾਫ਼ ਨਹੀਂ ਹੈਗੀ ਜੇ ਉਸ ਸਹਿਰ ਦਾ ਹੁੰਦੇ ਤਾਂ 75-76 ਸਾਲ ਆਜ਼ਾਦੀ ਤੋਂ ਬਾਅਦ ਬਹੁਤ ਸਮਾਂ ਹੁੰਦਾ। ਇਹੀ ਹਰ ਪੰਜਾਬ ਦਾ ਹਾਲ ਵਾ, ਇਹੀ ਸੈਂਟਰ ਦਾ ਹਾਲ ਵਾ। ਜੇ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸਿਰਫ ਸਿਆਸੀ ਰੋਟੀਆਂ ਸੇਕੀਆਂ ਗਈਆਂ। ਕੁਝ ਬੰਦੇ ਨੂੰ ਕੁਝ ਲੋਕਾਂ ਨੂੰ ਜਿਹੜਾ ਹੈਗਾ ਆ ਖੁਸ਼ ਕਰਨ ਦੇ ਕਰਕੇ ਕੀਤਾ ਗਿਆ ਜਦ ਕਿ ਸਮਾਜ ਜਿਹੜਾ ਭੋਜਨ ਸਮਾਜ ਵਾ ਜਾਂ ਬੋਤਾ ਸਮਾਜ ਜਿਹੜਾ ਆ ਉਹਦੀਆਂ ਸਮੱਸਿਆ ਨੂੰ ਨਹੀਂ ਟੁੱਜਿਆ ਗਿਆ। ਅੱਜ ਵੀ ਤੁਸੀਂ ਪੰਜਾਬ ਦੀ ਗੱਲ ਕਰ ਲਓ ਤਾਂ ਪੰਜਾਬ ਵਾਜੀ ਇਹ ਕਿਹਾ ਜਾਂਦਾ ਕਿ ਪੰਜਾਬ ਨੂੰ ਚਲਾਉਣ ਲਈ ਕੋਈ ਵੀ ਸਰਕਾਰ ਵਾ ਤਿੰਨ ਸੌ ਬੰਦੇ ਆ ਉਹ ਜਿਹੜੇ ਆ ਸਰਕਾਰਾਂ ਇੱਧਰ ਉੱਧਰ ਕਰਦੇ ਆ ਬਸ ਉਹ ਸਥਾਪਤ ਆ ਇੱਦਾਂ ਤੁਸੀਂ ਇੰਡੀਆ ਗਵਰਨਮੈਂਟ ਦੀ ਦੇਖ ਲਓ ਅੱਜ ਸਾਰਾ ਸਾਰਾ ਢਾਂਚਾ ਮੀਡੀਆ ਤੋਂ ਲੈ ਕੇ ਹਰ ਜਿਹੜਾ ਚੀਜ਼ ਆ ਉਹ ਕੁਝ ਲੋਕਾਂ ਤੱਕ ਸੀਮਿਤ ਆ ਤੇ ਤੁਹਾਡੀਆਂ ਸਮੱਸਿਆਵਾਂ ਦਾ ਕੌਣ ਹੱਲ ਕਰੂਗਾ ਕਿਉਂਕਿ ਤੁਹਾਡੇ ਨੇਚਰ ਦੀ ਤੁਹਾਡੀ ਤੁਹਾਡੇ ਦੁੱਖਾਂ ਤੇ ਲਿਖਾਂ ਵਾਲੀਆਂ ਸਰਕਾਰਾਂ ਉਹ ਅਜੇ ਹੋਂਦ 'ਚ ਆਉਣੀਆਂ ਦੇਸ ਨਹੀਂ ਲਗਿਆ ਜਹਾਜੇ ਬਣੀਆਂ ਨੇ ਹੈਗੀਆਂ ਜਿਹਦੇ ਵਾਸਤੇ ਅੱਜ ਜਿਹੜਾ ਹੈਗਾ ਆ ਪਿਛਲੇ ਅੰਕੜੇ ਪੜਦੇ ਸੀਗੇ ਕਿ ਪਿਛਲੇ ਸਾਲ 2022 ਦੇ ਵਿੱਚ 100 ਅਰਬ 100 ਅਰਬ ਰੁਪਈਆ ਜਿਹੜਾ ਹੈਗਾ ਆ ਸਾਡੇ ਵਿਦੇਸ਼ ਗਏ ਲੋਕਾਂ ਨੇ ਇੰਡੀਆ ਵਿੱਚ ਭੇਜਿਆ ਜਿਹਦੇ ਵਿੱਚ ਬਹੁਤ ਗਣਤੀ ਪੰਜਾਬ ਆ ਹੁਣ ਤੁਸੀਂ ਦੱਸੋ ਇੱਕ ਪਾਸੇ ਸਾਡੇ ਦੇਸ਼ 'ਚ ਭੁੱਖ ਮਰੀ ਆ ਅੱਜ ਸਾਰੇ ਬੰਦੇ ਔਖੇ ਸੋਕੇ ਅਸੀਂ ਤੁਸੀਂ ਜਿੰਨੇ ਵੀ ਸਵਾਜਦੇ ਆ ਹਰ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਆਪਣੇ ਲਈ ਆਪਣੇ ਬੱਚਿਆਂ ਲਈ ਇਹ ਚੀਜ਼ ਨੂੰ ਸੋਚ ਰਿਹਾ ਵੀ ਭਾਈ ਇੱਥੇ ਕੁਝ ਨਹੀਂ ਬਣਨ ਵਾਲਾ ਸਰਕਾਰਾਂ ਦੀਆਂ ਗੱਲਾਂ ਲੀਡਰਾਂ ਦੀਆਂ ਗੱਲਾਂ ਹਵਾ-ਹਵਾਈ ਸੁਣ-ਸੁਣ ਕੇ ਪੀੜੀਆਂ ਗੁਜ਼ਰ ਗਈਆਂ ਉਹਨਾਂ ਦੇ ਲਾਰੇ ਨਹੀਂ ਮੁੱਕੇ ਜਿਹਦੇ ਕਰਕੇ ਵਿਸ਼ਵਾਸ ਉੱਡ ਗਿਆ ਹੁਣ ਹਰ ਅਲਟ ਦਾ ਚੱਲ ਰਿਹਾ ਸਿਸਟਮ ਹੋਰ ਪੜਾਈ ਲਖਾਈ ਦਾ ਚਰਦੇ ਆ ਬਾਹਰਲੇ ਦੇਸ਼ਾਂ ਨੇ ਇਦਾਂ ਕਹਿੰਦੇ ਬਾਹਾਂ ਫਲਾ ਕੇ ਤੁਹਾਡਾ ਸਵਾਗਤ ਕਰ ਲਈ ਤੁਹਾਨੂੰ ਜਿੰਨਾ ਵੀ ਕ੍ਰੀਮ ਜਿਹੜੀ ਇੰਡੀਆ ਦੀ ਆ ਖਾਸ ਕਰਕੇ ਪੰਜਾਬ ਦੀ ਆ ਸਾਰੀ ਬਾਹਰ ਜਾਣ ਨੂੰ ਤਿਆਰ ਵਾ ਕਿਉਂਕਿ ਇੱਥੇ ਭੁੱਖ ਜਿਹੜਾ ਆ ਉਹਨਾਂ ਨੂੰ ਦਿਸ ਨਹੀਂ ਰਿਹਾ ਚੰਗੇ ਭੁੱਖ ਬਣਾਉਣ ਦੀ ਖਾਤਰ ਉਹ ਸਾਰਾ ਕੁਝ ਜੋ ਵੀ ਟਟਲ ਟੁੰਬਾ ਹੈਗਾ ਵੇਚ ਕੇ ਇੱਕ ਪੜ ਕੇ ਆਧਾਰ ਸਦਾਰ ਕਰਜ਼ਾ ਲੈ ਕੇ ਉਹ ਹਰ ਕੁਝ ਕਰਨ ਨੂੰ ਤਿਆਰ ਵਾ ਕਾਰਨ ਕਿ ਇੱਥੇ ਦੀ ਵਿਵਸਥਾ ਸਹੀ ਨਾ ਹੋਣ ਕਰਕੇ ਲੀਡਰਾਂ ਦੀ ਨੀਤੀ ਨਾ ਸਾਫ਼ ਕਰਕੇ ਕੋ ਪੜਸੀ ਵਧੀਆ ਨਾ ਬਣ ਗੋਣ ਹੋਣ ਕਰਕੇ ਲੌਂਗ ਟਰਮ ਦੀ ਜਿਹੜੀ ਸਕੀਮਾਂ ਆ ਉਹ ਨਾ ਹੁਣ ਕਰਕੇ ਬਾਈਟ ਦਾ ਬਹੁਤ ਹਿੱਸਾ ਜਿਹੜਾ ਹੋਰ ਪਾਸੇ ਵੱਧ ਤੇ ਜਾ ਰਿਹਾ ਜਦ ਕਿ ਇਹ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਸੰਭਾਲਣੇ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਹ ਸਾਰਾ ਕੁਝ ਜਿਹੜਾ ਆਪਾਂ ਇਹ ਕੁਝ ਸਹਿ ਰਹੇ ਆ ਜਾਂ ਕਰ ਰਹੇ ਆ ਲੋਕ ਬਾਅਦ ਨੂੰ ਤੜਾ ਤੜ ਜਾ ਰਹੇ ਆ ਉਹਨਾਂ ਦੀ ਮਜਬੂਰੀ ਆ ਕੋਈ ਬੰਦਾ ਖੁਸ਼ੀ ਨਾਲ ਘਰ ਛੱਡ ਕੇ ਜਾਣਾ ਨਹੀਂ ਚਾਹੁੰਦਾ ਨਾ ਕੋਈ ਘਰ ਛੱਡਣਾ ਨਾ ਦੇਸ਼ ਚਾਹੁੰਦਾ ਆ ਇਹ ਸਿਰਫ ਸਰਕਾਰਾਂ ਦੀਆਂ ਨਲੇਕੀਆਂ ਦਾ ਇੱਕ ਸੱਟਾ ਆ ਕਿ ਤੜਾ ਤੜ ਪਾਸਪੋਰਟ ਜਿਹੜਾ ਆ ਉਹ ਬੰਦ ਰਾਇਆ ਇਹ ਕਾਦੀ ਮਜਬੂਰ ਆ ਕੋਈ ਬੰਦਾ ਨਹੀਂ ਘਰ ਛੱਡਣਾ ਚਾਹਦਾ ਲੇਕਿਨ ਇਹ ਸਰਕਾਰਾਂ ਦੀਆਂ ਕਮਜ਼ੋਰੀਆਂ ਆ ਸਾਡੇ ਲੀਡਰਾਂ ਦੀਆਂ ਕਮਜ਼ੋਰੀਆਂ ਆ ਸਾਡੀ ਬਵਸਤਾ ਜਿਹੜੇ ਸਾਡੀ ਇਕਤਾ ਦਾ ਨਾਂ ਹੋਣ ਦਾ ਮਜਬੂਰੀਆਂ ਦਾ ਨਿਆਂ ਹੀ ਫੈਲਾ ਕੇ ਸਰਕਾਰਾਂ ਤੁਹਾਡੇ ਹੱਕ ਦੀਆਂ ਨਹੀਂ ਹੈਗੀਆਂ ਤੁਹਾਡੇ ਹੱਕ ਦੀਆਂ ਕਾਨੂੰਨੀ ਬਣਾ ਰਹੀਆਂ ਤੁਹਾਡੇ ਹੱਕ ਦੀਆਂ ਜਿਹੜੀਆਂ ਸਕੀਮਾਂ ਆ ਵੈਲਫੇਅਰ ਦੀਆਂ ਸਕੀਮਾਂ ਆ ਸਮਾਜ ਭਰਾ ਦੀਆਂ ਸਕੀਮਾਂ ਆ ਉਹ ਨਹੀਂ ਹੋ ਸਕੀਆਂ ਜਦ ਕਿ ਇਹ ਸਰਕਾਰਾਂ ਨੇ ਫਰਜ ਮੰਨਦੇ ਸੀਗੇ ਗੱਲਾਂ ਮਤ ਜਿੱਦਾਂ ਮਰਜ਼ੀ ਸੁਣ ਲਓ ਬੇਜੀ ਸਰਕਾਰ ਬਈ ਗਰੀਬ ਬੰਦੇ ਨੂੰ ਬਾਹਰ ਜਾਣ ਲਈ ਆ ਖੋਲਤਾ ਆ ਖੋਲਤਾ ਤੁਸੀਂ ਦੇਖੋ ਵੇ ਅੱਜ ਤੱਕ ਸਰਕਾਰ ਦੇ ਕਿੰਨੇ ਅੰਕੜੇ ਆ ਜਾਂ ਕਿੰਨੇ ਬੰਦੇ ਜਿਹੜੇ ਸਰਕਾਰ ਦੇ ਪੈਸੇ ਨਾ ਬਾਹਰ ਗਏ ਆ ਸਿਰਫ ਜਿਹੜੇ ਗਏ ਆ ਉਹ ਆਪਣੇ ਪਹਿਲਾਂ ਜਿਹੜੇ ਗਰੀਬ ਸਮਾਜ ਦੁਆਬੇ ਵਿੱਚ ਪਹਿਲਾਂ ਅਰਬ ਚ ਗਏ ਆ ਅਰਬ ਤੋਂ ਬਾਅਦ ਹੋਰ ਹੋਰ ਜ਼ੋਰਪ ਕੰਟਰੀਆਂ 'ਚ ਗਏ ਆ ਜ਼ੋਰਪ ਤੋਂ ਹੁਣ ਵੈਸਟਰਨ ਕੰਟਰੀਆਂ ਜਾ ਰਹੇ ਆ ਦੇ ਇਹ ਵੀ ਦੋਸਤੋ ਸਰਕਾਰ ਦਾ ਕੀ ਦੂਜਾ ਹੈਗਾ ਸਰਕਾਰ ਦੀ ਕੋਈ ਦੇਣ ਨਹੀਂ ਹੈਗੀ ਦੇਣ ਸਾਡੀ ਹੈਗੀ ਹੈ ਮਿਹਨਤ ਦੀ ਸਾਡੇ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਸਾਨੂੰ ਦੱਸਿਆ ਮਾਰਗ ਪੜ੍ਹਾਈ ਲਿਖਾਈ ਏਕਤਾ ਮਿਹਨਤ ਉਹ ਕਰਕੇ ਇੱਥੇ ਤੱਕ ਪਹੁੰਚੇ ਆ ਤੇ ਪਹੁੰਚਣਾ ਵੀ ਤਾਂ ਹੀ ਆ ਜੇ ਅਸੀਂ ਪੜ੍ਹਾਈ ਵੱਲ ਲਿਖਾਈ ਵੱਲ ਇਹ ਹੋਣਾ ਚਾਹੀਦਾ ਇਹ ਜਿਹਦੇ ਇੱਕ ਮੌਕੇ ਦੀ ਨਹੀਂ ਗੱਲ ਕਹਣੀ ਚਾਹਾਂਗਾ ਕਿ ਗੁਰੂ ਰਵਿਦਾਸ ਦੇ ਜਨਮ ਦਿਨ ਮੇਲੇ ਧਾਰਮਿਕ ਅਪਦਾ ਪ੍ਰੋਗਰਾਮ ਜਿਹੜੇ ਹੋਣੇ ਹੋਣੇ ਚਾਹੀਦੇ ਆ ਉਦਨੇ ਫੈਸਲਾ ਹਰ ਪਿੰਡ ਲੈਵਲ ਤੇ ਹਰ ਸੰਸਥਾ ਬਲੋਂ ਕੋਈ ਬੱਚਾ ਜਿਹਦੇ ਬਾਹਰ ਜਨਮਤ ਹੋਣੀ ਚਾਹੀਦੀ ਹੈ ਡੇਰੇ ਬਲੋਂ ਇਦਾਂ ਦਾ ਪ੍ਰਬੰਧ ਹੋਣਾ ਚਾਹੀਦਾ ਕੋਈ ਹਸਪਤਾਲ ਦਾ ਪ੍ਰਬੰਧ ਹੋਣਾ ਚਾਹੀਦਾ ਨਹੀਂ ਹਸਪਤਾਲ ਦਾ ਹੁੰਦਾ ਦਵਾਈਆਂ ਦਾ ਪ੍ਰਬੰਧ ਹੋਣਾ ਚਾਹੀਦਾ ਪੜ੍ਹਾਈ ਦਾ ਪ੍ਰਬੰਧ ਹੋਣਾ ਚਾਹੀਦਾ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਹੋਣਾ ਚਾਹੀਦਾ ਇਦਾਂ ਦੀ ਵਿਵਸਥਾ ਜੇ ਨਾਲ ਕੀਤੀ ਜਾਵੇ ਤਾਂ ਜਾ ਕੇ ਚੀਜ਼ਾਂ ਹੋਣ ਕੋ ਬਿਜ਼ਨਸ ਕਰਨਾ ਚਾਹੁੰਦਾ ਉਹਦੀ ਹੈਲਪ ਕੀਤੀ ਜਾਵੇ ਸਰਪੰਚ ਸਾਹਿਬ ਇੱਕ ਵਾਰ ਨਾ ਦੋ ਸੱਜਣ ਕਿਸੇ ਵਿਦਵਾਨ ਦੇ ਕੋਲ ਗਏ ਵੀ ਜਿੱਥੇ ਆਪਾਂ ਬੇਗੰਪੁਰੇ ਦੀ ਚਿੰਤਾ ਕਰ ਰਹੇ ਹਾਂ ਬਰਾਬਰਤਾ ਵਾਲੇ ਰਾਜ ਦੀ ਗੱਲ ਕਰ ਰਹੇ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਇਹ ਕੁਝ ਸਮਝ ਵਿੱਚ ਨਹੀਂ ਆਉਂਦੀ ਗੱਲ ਆਪਾਂ ਵੱਖ-ਵੱਖ ਧਰਮ ਅਪਣਾਉਣ ਦੀ ਵੀ ਗੱਲ ਕੀਤੀ ਹੈ ਵੀ ਸਾਡੇ ਗੇੜ 'ਚ ਨਹੀਂ ਆਉਂਦੀ ਗੱਲ ਉਹ ਵਿਦਵਾਨ ਨੇ ਕਿਹਾ ਤੁਸੀਂ ਮੇਰੇ ਨਾਲ ਚੱਲਣਾ ਆ ਮੈਨੂੰ ਟੋਕਣਾ ਨਹੀਂ ਜੋ ਮਰਜੀ ਕਰਾਂ ਉਹਨੇ ਇੱਕ ਬਾਲਟੀ ਚੱਕੀ ਬਾਲਟੀ ਦੇ ਨਾਲ ਲੱਜ ਜਾਂ ਨੂੰ ਰੱਸੀ ਵੀ ਕਹਿੰਦੇ ਆਪਾਂ ਉਹਨੇ ਖੂਹ ਚ ਸਿੱਟੀ ਬਾਹਰ ਕੱਢੀ ਖੂਹ ਦੇ ਵਿੱਚ ਤਾਂ ਪਾਣੀ ਹੈਗਾ ਪਰ ਪਾਣੀ ਕੱਢਣ ਵਾਲੀ ਬਾਲਟੀ ਜਿਹੜੀ ਸਿੱਟੀ ਉਹ ਤਾਂ ਥੱਲਾ ਹੈ ਨਹੀਂ ਸੀ ਬਾਲਟੀ ਬਾਹਰ ਕੱਢੀ ਦੇਖਿਆ ਬਾਲਟੀ ਚ ਕੁਝ ਵੀ ਨਹੀਂ ਉਹ ਹੋਰ ਖੂਹ ਤੇ ਚਲੇ ਗਿਆ ਉੱਥੇ ਬਾਲਟੀ ਸਿੱਟੀ ਖੂਹ ਚ ਪਾਣੀ ਤਾਂ ਹੈਗਾ ਬਾਲਟੀ ਕੱਢੀ ਬਾਲਟੀ 'ਚ ਥੱਲਾ ਹੋਵੇ ਤਾਂ ਪਾਣੀ ਬਾਹਰ ਆਵੇ ਤੇ ਉਹ ਵਿਦਵਾਨ ਤੀਜੇ ਖੂਹ ਤੇ ਚਲੇ ਗਿਆ ਚੌਥੇ ਤੇ ਪੰਜਵੇਂ ਉਹ ਜਿਹੜੇ ਦੋ ਬੰਦੇ ਪੁੱਛਣ ਗਏ ਸੀ ਵੀ ਸਾਡੇ ਸਮਝ ਨਹੀਂ ਆਉਦੀ ਗੇੜ 'ਚ ਨਹੀਂ ਆਉਦੀ ਗੱਲ ਤੇ ਉਹ ਨਾਲ ਇਹ ਵੀ ਸ਼ਰਤ ਰੱਖੀ ਸੀ ਵੀ ਬੁਲਾਉਣਾ ਨਹੀਂ ਉਹ ਕਹਿੰਦੇ ਵੀ ਹੁਣ ਬੁਲਾਉਣਾ ਵੀ ਨਹੀਂ ਘਰ ਨੂੰ ਧਰੋ ਉਹ ਖਸ ਗਿਆ ਉਥੋਂ ਖਸ ਗਏ ਤਾਂ ਘਰ ਚਲੇ ਗਏ ਰਾਤ ਉਹ ਵੀ ਸੋਚਦੇ ਰਹੇ ਵੀ ਉਹ ਵੇਗਾ ਤਾਂ ਬੰਦਾ ਸਮਝਦਾਰ ਵਿਦਵਾਨ ਵਾ ਵੀ ਇਹ ਗੱਲ ਕੀ ਹੋਊਗੀ ਵੀ ਉਹ ਬਾਲਟੀ ਤਾਂ ਉਹਨੂੰ ਪਤਾ ਹੀ ਨਹੀਂ ਬਥੇਲੇ ਖੂ ਬਾਲਟੀ ਦਾ ਥੱਲਾ ਹੈ ਨਹੀਂ ਪਾਣੀ ਕਿੱਦਾਂ ਆਊਗਾ ਜਾਂ ਸਵੇਰ ਨੂੰ ਉੱਠੇ ਫੈਸਲਾ ਹਾਂ ਯਾਰ ਉਹ ਕਿੰਨਾ ਕਚਰ ਇਦਾਂ ਕਰੀ ਜਾਂਦਾ ਪਰ ਉਹਨੂੰ ਰਹਿਣਾ ਚਾਹੀਦਾ ਸੀ ਉੱਥੇ ਦੇਖਣਾ ਚਾਹੀਦਾ ਸੀ ਵੀ ਕਿੰਨਾ ਕਚਰ ਕਰਦਾ ਉਹ ਦੂਜੇ ਦਿਨ ਫੇਸਬੁਕ ਨੂੰ ਅਸੀਂ ਵਿਦਵਾਨ ਕੋ ਚਲੇ ਗਏ ਵੀ ਇਹ ਗੱਲ ਸਾਡੇ ਸਮਝ ਨਹੀਂ ਆਈ ਵੀ ਉਹ ਬਾਲਟੀ ਤੁਸੀਂ ਕੱਢ ਸੈੱਟਦੇ ਸੀ ਉਹਨੂੰ ਤਾਂ ਥੱਲਾ ਹੀ ਹੈ ਨਹੀਂ ਸੀ ਪਾਣੀ ਕਿੱਥੋਂ ਆਣਾ ਕੰਦਾ ਪਤਾ ਮੈਨੂੰ ਵੀ ਸੀਗਾ ਵੀ ਬਾਲਟੀ ਨੂੰ ਥੱਲਾ ਹੈ ਨਹੀਂ ਇਹ ਵੀ ਮੈਨੂੰ ਪਤਾ ਸੀ ਵੀ ਤੁਸੀਂ ਦੌੜ ਜਾਣਾ ਇਹ ਵੀ ਮੈਨੂੰ ਪਤਾ ਸੀ ਵੀ ਮੈਂ ਖੂਹ ਬਦਲ ਰਿਹਾ ਖੂਹਾਂ ਚ ਤਾਂ ਪਾਣੀ ਹੈਗਾ ਆ ਪਤਾ ਸੀ ਮੈਨੂੰ ਪਰ ਕਹਿੰਦੇ ਸਮਾਜ ਦੇ ਹਾਲਾਤ ਇਹ ਨੇ ਲੋਕ ਧਰਮ ਤਾਂ ਬਦਲ ਰਹੇ ਨੇ ਧਰਮ ਦੇ ਵਿੱਚ ਵਿਚਾਰਧਾਰਾ ਜਿਹੜੀ ਉਹਨੂੰ ਨਹੀਂ ਸਮਝ ਰਹੇ ਵੀ ਜੇ ਗੁਰੂ ਰਬਦਾਸ ਮਹਾਰਾਜ ਦੀ ਬੇਸ਼ੁਮਾਰ ਬੇਸ਼ਕੀਮਤੀ ਜਿਹੜੀ ਵਿਚਾਰਧਾਰਾ ਉਹ ਤਾਂ ਪਹਿਲੀ ਗੱਲ ਤਾਂ ਅਸੀਂ ਪੜਿਆ ਹੀ ਨਹੀਂ ਜੇ ਪਿੜਿਆ ਪੜਿਆ ਤਾਂ ਸਮਝਿਆ ਨਹੀਂ ਜੇ ਸਮਝਿਆ ਤਾਂ ਉੱਤੇ ਚੱਲੇ ਨਹੀਂ ਸਾਰੇ ਗੁਰੂ ਸਹਿਵਾਨਾਂ ਦੀ ਵਿਚਾਰਤਾਰਾ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਔਰ ਤਰੱਕੀ ਦਾ ਔਰ ਨਸ਼ਿਆਂ ਤੋਂ ਰਹਿਤ ਔਰ ਸਮਾਜ ਤੇ ਭਾਈਚਾਰੇ ਨੂੰ ਇਕਤਾ ਦੇ ਵਿੱਚ ਇਕੱਠੇ ਕਰਨ ਦੇ ਲਈ ਸੰਦੇਸ਼ ਦਿੰਦੀ ਸਾਰੇ ਉਹੀ ਖੂਹਾਂ ਵਾਲੀ ਗੱਲ ਪਾਣੀ ਉਹੀ ਹੈ ਅਸੀਂ ਬਿਨਾ ਬਾਲਟੀ ਮਤਲਬ ਬਿਨਾ ਦਿਮਾਗ ਬਿਨਾ ਵਿਚਾਰਤਾਰਾ ਅਪਣਾਉਣ ਵਾਲਾ ਦਿਮਾਗ ਲੈ ਕੇ ਤਾਂ ਚੱਲੇ ਹੋਏ ਆ ਪਰ ਜਿਹੜਾ ਅਸੀਂ ਧਰਮ ਪਰਿਵਰਤਨ ਮਤਲਬ ਖੂ ਬਦਲੀ ਜਾਂਦੇ ਆ ਵਿਚਾਰਤਾਰਾ ਅਸੀਂ ਅਪਣਾਉਂਦੇ ਨਹੀਂ ਤੇ ਸਮਾਜ ਦੇ ਅੰਦਰ ਤੇ ਸਾਡਾ ਵੀ ਉਹ ਜਿਹੜਾ ਬੇਗੰਪੁਰਾ ਕਿਦਾਂ ਬਸੂਗਾ ਸਾਡਾ ਵੀ ਜਿਹੜਾ ਸਵਰਗ ਕਿਦਾਂ ਬਸੂਗਾ ਸਵਰਗ ਇਸੇ ਜਹਾਨ ਦੇ ਵਿੱਚ ਇਸੇ ਜਨਮ ਦੇ ਵਿੱਚ ਕਿਦਾਂ ਬਸੂਗਾ ਤੇ ਉਹਨਾਂ ਦੇ ਉਹ ਫਿਰ ਗੇੜ ਦੇ ਵਿੱਚ ਗੱਲ ਆਈ ਵੀ ਗਲਤਾਂ ਮਹਾਪੁਰਸ਼ ਦੀ ਸੱਚੀ ਹੈ ਜੇ ਕਿਤੇ ਇਕੱਲੇ ਰੁਕ ਜਾਂਦੀ ਸਖੈਤ ਸਾਡੇ ਸਮਝ ਇਹ ਅੱਜ ਸਮਾਜ ਦਾ ਹਾਲਾਤ ਨੇ ਸਾਰੇ ਧਰਮ ਇੱਕੋ ਹੀ ਸੰਦੇਸ਼ ਦਿੰਦੇ ਨੇ ਇਕੋ ਹੀ ਰਬ ਮੰਨ ਕੇ ਚੱਲੀਏ ਇੱਕੋ ਹੀ ਕੁਦਰਤ ਮੰਨ ਕੇ ਚੱਲੀਏ ਜੇ ਕਿਤੇ ਲੋਕ ਇਹ ਸਮਝ ਜਾਣ ਤੇ ਸ਼ਾਇਦ ਧਰਮ ਪਰिवर्तन ਕੰਦੀ ਵੀ ਲੋੜ ਨਹੀਂ ਤੇ ਜਿਹੜੇ ਦੱਸਣ ਵਾਲੇ ਸਾਡੇ ਜ਼ਿੰਮੇਵਾਰ ਹੈਗੇ ਨੇ ਜਿਨ੍ਹਾਂ ਤੇ ਤੁਸੀਂ ਆਪਣੀ ਗੱਲ ਰੱਖੀ ਹੈ ਵੀ ਜੇ ਕਿਤੇ ਉਹਨਾਂ ਨੇ ਹਿੱਕ ਨਾ ਲਾਇਆ ਹੁੰਦਾ ਸਾਰਿਆਂ ਨੂੰ ਸਮਝਾਇਆ ਹੁੰਦਾ ਸਾਰਿਆਂ ਨੂੰ ਗੁਰੂ ਸਹਿਬਾਨਾਂ ਦੀ ਬਾਣੀ ਦੇ ਵਿੱਚ ਰਚੀ ਬਾਣੀ ਦੇ ਬਾਰੇ ਦੱਸਿਆ ਹੁੰਦਾ ਉਹਨਾਂ ਨੇ ਦੱਸਿਆ ਹੁੰਦਾ ਵੀ ਇੱਥੇ ਹੀ ਬੇਗਮਪੁਰਾ ਤੇ ਇੱਥੇ ਹੀ ਜਿਹੜਾ ਸਵਰਗ ਹੈਗਾ ਆ ਤੇ ਪਰ ਇਹ ਤਾਂ ਸਵਰਗਾਂ ਦੇ ਲਾਰੇ ਮਰਨ ਤੋਂ ਬਾਅਦ ਲਾਈ ਜਾਂਦੇ ਨੇ ਆਪਣਾ ਜਿਹੜਾ ਸਵਰਗ ਤੇ ਬੇਗਮਪੁਰਾ ਹੋਣਾ ਹੁਣੇ ਵਸਾਈ ਜਾਂਦੇ ਨੇ ਇਸੇ ਜਨਮ ਦੇ ਲੋਕਾਂ ਦੀਆਂ ਜੇਬਾਂ ਨੂੰ ਠੱਗ ਕੇ ਲੁੱਟ ਕੇ ਚੰਗੀ ਤਰ੍ਹਾਂ ਆਪਾਂ ਜਾਣਦੇ ਆ ਤੇ ਸ਼ਾਇਦ ਲੋਕ ਛੇਤੀ ਸਮਝ ਜਾਂਦੇ ਵੀ ਬਾਲਟੀ ਖੂ ਦੇ ਵਿੱਚੋਂ ਕਿਉਂ ਸੱਟਦਾ ਕਿਉਂ ਤੇ ਇਸ ਤਰੀਕੇ ਦੇ ਨਾਲ ਆਓ ਆਪਾਂ ਸਤਗੁਰੂ ਅਬਦਸ ਮਹਾਰਾਜ ਜੀ ਦਾ ਸੰਕਲਪ ਲਈਏ ਇਸ ਗੁਰੂ ਮਹਾਰਾਜ ਦੇ ਗੁਰਪੁਰਬ ਦੇ ਉੱਤੇ ਇਸ ਪ੍ਰਕਾਸ਼ ਪੁਰਬ ਦੇ ਉੱਤੇ ਤੇ ਅਖਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਸਰਪੰਚ ਸਾਹਿਬ ਲੰਬੀਆਂ ਵਿਚਾਰਾਂ ਹੋਈਆਂ ਨੇ ਅੱਜ ਸਮਾਂ ਵੀ ਜਿਹੜਾ ਉਹ ਲਗਭਗ ਪਹੁੰਚ ਚੁੱਕਾ ਸੂਈ-ਸੂਈ ਤੇ ਚੜ ਗਈ ਹੈ ਜਿਹਦਾ ਤੁਸੀਂ ਧਾਰਨ ਦਿੱਤੀ ਨਾ ਮੈਂ ਛੋਟੀ ਜਿਹੀ ਧਾਰਨ ਦੱਸਦਾ ਕਿ ਇੱਕ ਹਕੀਮ ਦੀ ਮੌਤ ਹੋ ਗਈ ਬਾ ਹਕੀਮ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੁੰਡਾ ਉਹਦਾ ਲੜਕਾ ਜਿਹੜਾ ਸੀਓ ਦੇ ਕੋਲ ਮਰੀਜ਼ ਗਿਆ ਬਈ ਇਹ ਜਦੋਂ ਪੱਟੀ ਖੋਲੀ ਤੇ ਵਿੱਚ ਦੇਖਿਆ ਬਈ ਇਹਦੇ ਤਾਂ ਵਿੱਚ ਕੱਚਾ ਉਹ ਉਹ ਗੰਦਾ ਡੈਡੀ ਐ ਨਾ ਸਾਮੀਦਾਰ ਬੰਦਾ ਉਹਨੇ ਕੱਚ ਕਿਉਂ ਨਹੀਂ ਕੱਢਿਆ ਕੱਚ ਕਿਉਂ ਨਹੀਂ ਕੱਢਿਆ ਉਹਨੇ ਆਪਣੀ ਮਾਂ ਨਾਲ ਡਿਸਕਸ ਕੀਤੀ ਮਾਂ ਨਾਲ ਵਿਚਾਰ ਵਟਾਂਦਰਾ ਕੀਤਾ ਵੀ ਮੰਮੀ ਆਹ ਦੇਖੋ ਕੀ ਚੀਜ਼ ਹੋ ਰਹੀ ਆ ਹਾਂ ਜ਼ਖਮ ਦੇ ਵਿੱਚ ਕੱਚਾ ਜ਼ਖਮ ਦੇ ਵਿੱਚ ਕੱਚਾ ਪੱਟੀ ਉੱਤੇ ਕੀਤੀ ਆ ਪੱਟੀ ਉੱਤੇ ਕੀਤੀ ਆ ਹੂੰ ਤੇ ਉਸ ਤੋਂ ਬਾਅਦ ਉਹਨੇ ਮਾਂ ਨੇ ਦੱਸਿਆ ਕਹਿੰਦੀ ਗੱਲ ਇਹ ਆ ਕਿ ਜੇ ਇਹਦਾ ਕੱਚ ਕੱਟਦਾ ਜਾਂਦਾ ਤੇਰੀ ਪੜ੍ਹਾਈਆਂ ਤੇਰੀਆਂ ਲਿਖਾਈਆਂ ਸਾਡੀ ਤਰੱਕੀ ਦਾ ਰਾਹ ਇਹੀ ਆ ਜੇ ਅਸੀਂ ਸਮਾਜ ਦਾ ਇੱਦਾਂ ਇਹਦਾ ਕੱਚ ਕੱਢਣ ਲੱਪੰਦੇ ਤਾਂ ਇਹ ਲੋਕਾਂ ਨੇ ਸਾਡੇ ਕੋ ਆਉਣਾ ਨਹੀਂ ਸੀ ਇਹ ਸਮਾਜ ਨੇ ਠੀਕ ਹੋ ਜਾਣਾ ਸੀ ਹਾਂ ਇਸ ਕਰਕੇ ਸਾਡੇ ਆ ਸਮਾਜ ਦੀਆਂ ਸਮੱਸਿਆ ਨੂੰ ਜਾਣ ਬੁੱਝ ਕੇ ਉਲਝਾਇਆ ਗਿਆ ਪਤਾ ਸਾਰਿਆਂ ਨੂੰ ਹੈਗਾ ਆ ਪਰ ਹੱਲ ਨਹੀਂ ਕਰਨਾ ਚਾਹੁੰਦੇ ਹੱਲ ਇਹੀ ਆ ਵੀ 43 ਉਹੀ 43 ਜਿਹੜਾ ਹੈਗਾ 6743 ਜੱਦਾ ਇਕੱਠੀਆਂ ਹੋਣ ਸਾਰੇ ਧਰਮ ਇਕੱਠੇ ਹੋਣ ਤੇ ਮਨੁੱਖਤਾ ਦੀ ਸੋਚ ਬਹ ਹੋਵੇ ਤੇ ਤਾਂ ਜਾ ਕੇ ਹੱਲ ਹੋਣਾ ਪਤਾ ਸਾਰਿਆਂ ਨੂੰ ਆ ਲੇਕਿਨ ਕਰਨ ਦੀ ਲੋੜ ਵਾ ਕਹਿੰਦੇ ਹੁੰਦੇ ਆ 100 ਸਾਲ ਦੀ ਗ੍ਰਾਮੀ ਨਾਲ ਦੋ ਪਲ ਅਣਖ ਦੇ ਵਧੀਆ ਆ ਸਾਡੇ ਕੀ ਬਜ਼ੁਰਗ ਕਰਦੇ ਆ 100 ਸਾਲ ਦਾ ਹੋ ਕੇ ਮਰਨੇ ਨੂੰ ਤਿਆਰ ਕਰਨਾ ਕੁਝ ਨਹੀਂ ਆ ਆਏ ਮੌਤ ਆ ਜਾਣੀ ਆ ਕਹਿੰਦਾ ਕਬਰਾਂ 'ਚ ਬੰਦਾ ਗਿਆ ਕਹਿੰਦਾ ਦੇਖੇ ਤਾਂ ਸਾਰੇ ਮਰੇ ਪਏ ਆ ਜਿਹੜਾ ਬੰਦਾ ਡਰਦਾ ਹੁੰਦਾ ਸੀ ਮੌਤ ਤੋਂ ਉਹ ਕਹਿੰਦਾ ਇੱਥੇ ਤਾਂ ਸਾਰੇ ਮਰੇ ਪਏ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਆ ਜਾਣਾ ਸਾਰਿਆਂ ਨੇ ਆ ਕਰਕੇ ਕੁਝ ਜਾਓ ਉਹ ਦੂਜੇ ਗੁਰੂ ਰਵਿਦਾਸ ਨੂੰ ਚੇਤੇ ਤਾਂ ਕਰਦੇ ਆ ਜਾਂ ਡਾਕਟਰ ਮੈਦਨ ਤਾਂ ਚੇਤੇ ਕਰਦੇ ਆ ਕੁਝ ਕਰਕੇ ਗਏ ਆ ਇਸ ਕਰਕੇ ਜੇ ਕੁਝ ਜ਼ਿੰਦਗੀ 'ਚ ਕਰਨਾ ਆ ਤੇ ਜੇ ਕੁਝ ਚਾਹੁੰਦੇ ਆ ਜ਼ਿੰਦਗੀ ਤੁਹਾਡਾ ਕੋਈ ਨਾ ਲਵੇ ਤਾਂ ਸਾਨੂੰ ਗੁਰੂ ਰਵਿਦਾਸ ਮਹਾਰਾਜ ਤੇ ਉਹਨਾਂ ਦੇ ਬੇਗੰਪੁਰੇ ਦੇ ਫਲਸਫੇ ਤੇ ਸੱਚਮੁੱਚ ਅੱਜ ਤੋਂ ਕੰਮ ਕਰਨ ਦੀ ਸੱਚੇ ਦਿਲੋਂ ਲੋੜ ਆ ਬਿਲਕੁਲ ਜੀ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਬੀਗੰਪੁਰਾ ਨਾ ਵਸੇ ਤੇ ਸਾਨੂੰ ਸਰਪੰਕ ਕੰਮ ਕਰਨ ਦੀ ਲੋੜਾ ਸਾਨੂੰ ਉਸ ਫਲਸਫੇ ਤੇ ਚੱਲਣ ਦੀ ਲੋੜਾ ਵਿਚਾਰ ਧਾਰਾ ਤੇ ਚੱਲਣ ਨੂੰ ਸ਼ੁਰੂ ਆਪਣੇ ਆਪ ਤੋਂ ਕਰਨਾ ਪਏਗਾ ਇਸ ਯਾਸ ਦੇ ਨਾਲ ਸਰਪੰਚ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੈਪੀ ਜੈਕੁਰਦੇਵ ਜੈਪੀ ਜੈਕੁਰਦੇਵ ਤੁਹਾਡਾ ਬਹੁਤ ਧੰਨਵਾਦ ਪਰਮਾਤਮਾ ਕਰੇ ਗੁਰੂ ਗੋਬਿੰਦ ਸਿੰਘ ਜੀ ਕਰੇ ਸਾਰੀ ਕੌਮ ਚੜ੍ਹਦੀ ਕਲਾ ਰਹੇ ਤੇ ਸਾਰੇ ਸਮਾਜ ਦਾ ਸਰਬਾਦੇ ਭਲੇ ਦੀ ਮੰਗ ਦੇ ਆਸਤੇ ਮੰਗ ਦੇ ਨਾਲ ਕਿ ਇਹ ਜਿਹੜਾ ਸਾਲ ਦੇ ਪੰਜ ਫਰਮ ਜਿਹੜਾ ਗੁਰੂ ਦਾਸ ਦਾ ਜਨਮ ਦਿਨ ਅਪਾ ਵਧੀਆ ਤਰੀਕੇ ਨਾਲ ਮਨਾਵਾਂਗੇ ਉਹ ਇਕੱਠੇ ਹੋ ਕੇ ਮਨਾਵਾਂਗੇ ਔਰ ਆਪਸੀ ਮਤਭੇਦ ਕਰਕੇ ਸਾਰਿਆਂ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਤਨ ਗੁਰਦੇਵ